ਅਕਾਲ ਜੀ ਜੇ ਡੀ ਐਸ ਪੀ ਪੀ 02 ਤੋਂ ਵੈਲਕਮ ਕਰਦੇ ਹਾਂ ਤੁਹਾਡੇ ਸਾਰੇ ਵੀਰਾਂ ਦਾ। ਮੈਂ ਤੁਹਾਡਾ ਆਪਣਾ ਜਗਦੀਪ ਅੰਮ੍ਰਿਤਸਰੀਆ। ਲਓ ਵੀਰ ਜੀ, ਜਿੱਦਾਂ ਕਿ ਅੰਮ੍ਰਿਤਸਰ ਪਿਜਨ ਫਲਾਇੰਗ ਕਲੱਬ ਵੱਲੋਂ ਸ਼ੀਲਾਂ ਉਡਾਈਆਂ ਗਈਆਂ ਸੀ, ਠੀਕ ਹੈ ਜੀ। ਬਹੁਤ ਸੋਹਣਾ ਸ਼ੌਂਕ ਹੋਇਆ ਵਾ ਅੰਮ੍ਰਿਤਸਰ ਸਾਹਿਬ ਦਾ, ਠੀਕ ਹੈ ਜੀ। ਸਾਰੇ ਬਹੁਤ ਸੋਹਣਾ ਸ਼ੌਂਕ ਕੀਤਾ ਵਾ ਅਤੇ ਅੱਜ ਇਨਾਮ ਵੰਡ ਸਮਾਗਮ ਆ, ਆਪਾਂ ਟੀ ਆਰ ਵਿਲੇ 'ਤੇ ਪਹੁੰਚੇ ਹਾਂ, ਠੀਕ ਹੈ ਜੀ। ਅਤੇ ਸਾਰਿਆਂ ਨਾਲ ਮੁਲਾਕਾਤ ਕਰਾਵਾਂਗੇ ਤੁਹਾਡੀ, ਅਤੇ ਨਾਲੇ ਵਿਖਾਵਾਂਗੇ ਫਸਟ ਸੈਕਿੰਡ ਥਰਡ ਚੈਂਪੀਅਨ ਹੋਏ ਨੇ ਜਿਹੜੇ ਉਸਤਾਦ ਸਾਹਿਬਾਨ ਜੀ, ਉਹਨਾਂ ਨਾਲ ਵੀ ਮਿਲਾਵਾਂਗੇ। ਅਤੇ ਜਿਹੜੇ ਵੀਰ ਹਿੱਟ ਪਰਵਾਜ ਬੱਚੇ ਦਾ ਨਾਮ ਜੋ ਜੋ ਆਏ ਨੇ, ਸਾਰੇ ਨਾਮ ਤੁਹਾਨੂੰ ਦੱਸਾਂਗੇ। ਅਤੇ ਆਓ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ, ਆਓ ਲੈ ਚੱਲਦੇ ਅੰਦਰ, ਅਤੇ ਆਓ ਕਰਾਉਂਦੇ ਹਾਂ ਸਾਰਿਆਂ ਨਾਲ ਮੁਲਾਕਾਤ, ਅਤੇ ਵਿਖਾਉਂਦੇ ਹਾਂ ਸਾਰੀ ਵੀਡੀਓ ਲਾ ਕੇ ਤੁਹਾਨੂੰ। ਲਓ ਜੀ ਅੰਦਰ ਚੱਲਦੇ ਹਾਂ ਜੀ, ਇਹ ਵਿਖਾਉਂਦੇ ਹਾਂ ਇਨਾਮ, ਠੀਕ ਹੈ ਜੀ, ਜੋ ਕਿ ਸ਼ੀਲਾਂ 'ਚ ਦਿੱਤੀਆਂ ਜਾਣੀਆਂ ਨੇ। ਅਤੇ ਆਓ ਇਨਾਮਾਂ ਦੇ ਕੋਲ ਲੈ ਜਾਂਦੇ ਹਾਂ ਤੁਹਾਨੂੰ, ਸਾਰੇ ਨਾਲ ਮੁਲਾਕਾਤ ਕਰਾਵਾਂਗੇ ਜਿੰਨੇ ਵੀਰ ਵੀ ਪਹੁੰਚੇ ਹੋਏ ਨੇ। ਇਹ ਇਨਾਮ ਨੇ, ਠੀਕ ਹੈ ਜੀ, ਜੋ ਇਨਾਮ ਅੱਜ ਦਿੱਤੇ ਜਾਣੇ ਨੇ, ਇਹ ਸ਼ੀਲਾਂ ਬਣੀਆਂ ਨੇ ਅੱਜ ਸਾਰੀਆਂ, ਠੀਕ ਹੈ ਜੀ। ਇਨਾਮ ਵੰਡ ਸਮਾਗਮ ਪਿਜਨ ਫਲਾਇੰਗ ਕਲੱਬ ਅੰਮ੍ਰਿਤਸਰ 2024। ਠੀਕ ਹੈ ਆ ਲਓ ਜੀ, ਆਹ ਬੈਨਰ ਲੱਗਾ ਹੋਇਆ ਜੀ, ਠੀਕ ਹੈ ਜੀ। ਇਨਾਮ ਵੰਡ ਸਮਾਗਮ ਦਾ ਪਿਜਨ ਫਲਾਇੰਗ ਕਲੱਬ ਅੰਮ੍ਰਿਤਸਰ, ਪਿਜਨ ਫਲਾਇੰਗ ਕਲੱਬ ਅੰਮ੍ਰਿਤਸਰ, ਉਸਤਾਦ ਮਨਜੀਤ ਸਿੰਘ ਜੀ ਔਜਲਾ, ਉਸਤਾਦ ਜੀ USA ਤੋਂ, ਉਸਤਾਦ ਮਨਜੀਤ ਸਿੰਘ ਜੀ ਗੋਵੀ ਸੱਪਾਂ ਵਾਲੇ, ਉਸਤਾਦ ਗੁਰਵਿੰਦਰ ਸਿੰਘ ਜੀ ਔਲਖ, ਠੀਕ ਹੈ ਜੀ, ਬੱਬੂ ਪ੍ਰਧਾਨ ਚੇਅਰਮੈਨ ਸਾਹਿਬ ਗਵਾਲ ਮੰਡੀ ਤੋਂ, ਸੋਨੂੰ ਪਹਿਲਵਾਨ ਜੀ, ਬਾਬਾ ਛੰਨੂ ਜੀ ਗੋਵੀ ਉਸਤਾਦ ਜੀ ਗਵਾਲ ਮੰਡੀ ਤੋਂ, ਸ਼ਰਨਜੀਤ ਸਿੰਘ ਜੀ ਗੋਗੀ ਚੇਅਰਮੈਨ ਸਾਹਿਬ, ਠੀਕ ਹੈ ਜੀ। ਬਾਬਾ ਜੀ ਨੇ ਉਸਤਾਦ ਸਾਹਿਬਾਨਾਂ ਦੀਆਂ ਪੋਸਟਰ ਬਣਾਇਆ ਜੀ ਸਾਰਾ, ਠੀਕ ਹੈ ਜੀ। ਅਤੇ ਬਾਕੀ ਜੁੜੇ ਰਹੋ ਆਪਣੀ ਵੀਡੀਓ ਨਾਲ, ਲਾਵਾਂਗੇ ਵੀਡੀਓ ਸਾਰੀ ਤੁਹਾਡੇ ਨਾਲ, ਠੀਕ ਹੈ ਜੀ। ਨਾਮਾਂ ਸਮਾਨ
ਵਿਸ਼ੇਸ਼ ਤੌਰ ਤੇ ਸੰਭਾਲੀ ਤੋਂ ਬਹੁਤ ਪਿਆਰ ਸਿੰਘ ਦੀ ਬੋਬੀ ਜੋ ਪ੍ਰਧਾਨ ਜੀ ਹੈ ਆਪਣੇ ਬਾਜਵਾ ਗਰੁੱਪ ਤੋਂ ਵੱਡੇ ਉਸਤਾਦ ਸਾਹਿਬਾਨ ਜੀ ਸਰਦਾਰ ਕੁਲਤਾਰ ਸਿੰਘ ਜੀ ਬਾਜਵਾ ਗੈਸ ਏਜੰਸੀ ਵਾਲੇ ਠੀਕ ਹੈ ਜੀ ਬੱਬੂ ਉਸਤਾਦ ਜੀ ਉਸਤਾਦ ਸਰਦਾਰ ਗੁਰਵਿੰਦਰ ਸਿੰਘ ਜੀ ਠੀਕ ਹੈ ਜੀ ਗੋਬਿੰਦ ਉਸਤਾਦ ਜੀ ਸਫਾ ਵਾਲੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਅੱਜ ਦਾ ਇੱਕ ਇਨਾਮ ਵੰਡ ਸਮਾਗਮ ਜਿਹਦੇ ਵਿੱਚ ਮੇਰੇ ਵੀਰੋ ਇਨਾਮ ਦਿੱਤੇ ਜਾਣਗੇ ਪਹਿਲਾ ਇਨਾਮ ਦੂਜਾ ਇਨਾਮ ਚੈਂਪੀਅਨ ਰਹਿਣ ਵਾਲੇ ਕਬੂਤਰਬਾਜ਼ਾਂ ਨੂੰ ਮੁਕਾਬਲੇ ਦੇ ਵਿੱਚ ਜੇਤੂ ਰਹਿਣ ਵਾਲਿਆਂ ਨੂੰ ਇਨਾਮ ਦਿੱਤੇ ਜਾਣਗੇ ਬਹੁਤ ਵੱਡਾ ਸੰਯੋਗ ਹੈ ਮਨਜੀਤ ਸਿੰਘ ਜੀ ਔਜਲਾ USA ਵਾਲਿਆਂ ਦਾ ਉਹਨਾਂ ਨੇ ਕਹਿੰਦੇ ਵੱਧ ਚੜ੍ਹ ਕੇ ਸੰਯੋਗ ਦਿੱਤੇ ਹੈ ਅਤੇ ਸਰਦਾਰ ਗੁਰਵਿੰਦਰ ਸਿੰਘ ਜੀ ਔਲਖ DSP ਸਾਹਿਬ ਜਿਹੜੇ ਮੇਰੇ ਵੀਰੋ ਵੱਡੇ ਸੰਯੋਗੀ ਨੇ ਅਤੇ ਨਾਲ ਸਾਡਾ ਮਨਜੀਤ ਸਿੰਘ ਕਹੀਏ ਤਾਂ ਘੱਟ ਜਾਣਦੇ ਹੈ ਜੇ ਆਖੀਏ ਨਾ ਬੋਬੀ ਸੱਪਾਂ ਵਾਲ ਅਤੇ ਉਹਦਾ ਮੇਰੇ ਵੀਰੋ ਨਾਂ ਬਹੁਤ ਮਸ਼ਹੂਰ ਹੈ ਉਸਤਾਦ ਬੋਬੀ ਸੱਪਾਂ ਵਾਲ ਅਤੇ ਉਹਦਾ ਬੇਟਾ ਐਸ਼ ਉਸਤਾਦ ਇੱਕ ਬੇਟਾ ਸ਼ਾਨਾ ਮਾਣ ਇਹਨਾਂ ਪੁੱਤਰਾਂ ਉੱਤੇ ਮੇਰੇ ਵੀਰੋ ਅਤੇ ਮਾਣ ਸਾਨੂੰ ਆਪਣੇ ਬੋਬੀ ਉਸਤਾਦ ਜੀ ਹੋਣਾ ਹੈ ਮੇਰੇ ਸੀਨੀਅਰ ਉਸਤਾਦ ਸਾਹਿਬਾਨ ਅਤੇ ਛੋਟੇ ਵੱਡੇ ਵੀਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਭਰਾ ਸਾਡੇ ਨਿੱਘੇ ਜਿਹੇ ਸੱਦੇ 'ਤੇ ਅੱਜ ਇੱਥੇ ਇਕੱਠੇ ਹੋਏ ਹੋ ਅਸੀਂ ਅੰਮ੍ਰਿਤਸਰ ਵਿਜ਼ਨ ਐਸੋਸੀਏਸ਼ਨ ਵੱਲੋਂ ਸਾਲ 2024 ਦੇ ਵਿੱਚ ਜੇਠ ਦੇ ਵਿੱਚ ਕਰਾਏ ਗਏ 5 ਟੂਰਨਾਮੈਂਟਾਂ ਦਾ ਇਨਾਮ ਵੰਡ ਸਮਾਰੋਹ ਜਿਹੜਾ ਉਹ ਸ਼ੁਰੂ ਹੋਣ ਲੱਗਾ ਅਤੇ ਮੇਰੀ ਸਾਰਿਆਂ ਭਰਾਵਾਂ ਅੱਗੇ ਬੇਨਤੀ ਆ ਵੀ ਜਿੱਤਣ ਵਾਲਿਆਂ ਦਾ ਹੌਸਲਾ ਜ਼ਰੂਰ ਵਧਾਇਓ ਤਾੜੀਆਂ ਮਾਰ ਕੇ ਅਤੇ ਜਿਹੜੇ ਵੀਰ ਨਹੀਂ ਇਸ ਵਾਰ ਜਿੱਤ ਸਕੇ ਉਹ ਆਉਂਦੀ ਵਾਰ ਹੋਰ ਉਤਸ਼ਾਹ ਦੇ ਨਾਲ ਤਿਆਰੀ ਕਰਨ ਅਤੇ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਵਧੀਆ ਤਰੀਕੇ ਨਾਲ ਸਿਰੇ ਲੱਗੇ ਧੰਨਵਾਦ ਜੀ ਹਾਂਜੀ ਲਓ ਜੀ ਠੀਕ ਹੈ ਜੀ ਜਿੱਦਾਂ ਕਿ ਇਨਾਮ ਵੰਡ ਸਮਾਗਮ ਸ਼ੁਰੂ ਕਰਨ ਲੱਗੇ ਨੇ ਜੀ ਮੈਂ ਸਾਡੇ ਅੰਮ੍ਰਿਤਸਰ ਦੇ ਸੀਨੀਅਰ ਉਸਤਾਦ ਸਾਹਿਬਾਨ ਜਿਹੜੇ ਸਾਡੇ ਵਿੱਚ ਅੱਜ ਇੱਥੇ ਪਹੁੰਚੇ ਨੇ ਮੈਂ ਸਾਰੇ ਆਪਣੇ ਗਰੁੱਪ ਵੱਲੋਂ ਅਤੇ ਸਾਰੇ ਵੱਡੇ ਛੋਟੇ ਸੀਨੀਅਰ ਉਸਤਾਦ ਸਾਹਿਬਾਨ ਅਤੇ ਚੇਅਰਮੈਨ ਸਾਹਿਬਾਨਾਂ ਵੱਲੋਂ ਉਹਨਾਂ ਦਾ ਆਉਣ 'ਤੇ ਸਵਾਗਤ ਕਰਦਾ ਸਭ ਤੋਂ ਪਹਿਲਾਂ ਸਰਦਾਰ ਗੁਰਸ਼ਰਨ ਸਿੰਘ ਸ਼ਨੂੰ ਬਾਬਾ ਜੀ ਅਸੀਂ ਇਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਇਹ ਅੱਜ ਸਪੈਸ਼ਲ ਆਸ਼ੀਰਵਾਦ ਦੇਣ ਵਾਸਤੇ ਸਾਡੇ ਵਿੱਚ ਪਧਾਰੇ ਨੇ ਉਸ ਤੋਂ ਬਾਅਦ ਸਾਡੇ ਬੋਬੀ ਭਾਅ ਜੀ ਕੌਂਸਲਰ ਆਬਾਦੀ ਤੋਂ ਨਵੀਂ ਆਬਾਦੀ ਤੋਂ ਆਏ ਨੇ ਸੋਨੂ ਭਲਵਾਨ ਜੀ ਆਏ ਨੇ ਜੀ ਤਰਨ ਤਾਰਨ ਰੋਡ ਤੋਂ ਪਿੰਕਾ ਉਸਤਾਦ ਆਏ ਨੇ ਜੀ ਰਿਕਸ਼ਿਆਂ ਵਾਲੇ ਸਾਡੇ ਵੱਡੇ ਸੀਨੀਅਰ ਉਸਤਾਦ ਸਾਹਿਬਾਨ ਨੇ
ਅਸੀਂ ਪਿੰਕੇ ਭਾਈ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਮੋਵੀ ਭਾਜੀ ਸੱਪਾਂ ਵਾਲੇ ਕੁਲਤਾਰ ਸਿੰਘ ਬਾਜਵਾ ਜੀ, ਜਿਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਇਸ ਪ੍ਰੋਗਰਾਮ ਦੇ ਵਿੱਚ ਸਮਾਗਮ ਦੇ ਵਿੱਚ ਟਾਈਮ 'ਚੋਂ ਟਾਈਮ ਕੱਢ ਕੇ ਹਾਜ਼ਰੀ ਭਰੀ ਹੈ, ਸ਼੍ਰੀ ਅਸ਼ਵਨੀ ਕੁਮਾਰ ਪੱਪੂ ਜੀ ਦਾ ਨਿੱਘਾ ਸਵਾਗਤ ਹੈ। ਮੋਸਟ ਵੈਲਕਮ ਵੀਰ ਗੁਰਵਿੰਦਰ ਸਿੰਘ ਜੀ ਪੀ ਐਸ ਪੀ ਸਾਹਿਬ ਅਤੇ ਮਨਜੀਤ ਸਿੰਘ ਜੀ ਗੋਦੀ ਪ੍ਰਧਾਨ ਸੱਤਾ ਨਾਲ ਪ੍ਰਧਾਨ ਉਸਤਾਦ ਜੀ ਉਹਨਾਂ ਵੱਲੋਂ ਜੀ ਆਇਆਂ ਨੂੰ ਕੀਤਾ ਜਾ ਰਿਹਾ ਹੈ ਪੱਪੂ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਆਏ ਮਹਿਮਾਨਾਂ ਦਾ ਆਪਾਂ ਕਰਦੇ ਹਾਂ ਅਤੇ ਆਪਣੇ ਅਸ਼ਵਨੀ ਕੁਮਾਰ ਪੱਪੂ ਜੀ ਜਿਹੜੇ ਆਪਣੇ ਕਾਂਗਰਸ ਪ੍ਰਧਾਨ ਨੇ ਉਹਨਾਂ ਨੂੰ ਵੀ ਜੀ ਆਇਆ ਕਹਿੰਦੇ ਹਾਂ। ਅੱਜ ਅਸੀਂ 5-5 ਨੂੰ ਉੱਡੀ ਹੋਈ ਸ਼ੀਲਡ ਦੇ ਇਨਾਮ ਵੰਡਣੇ ਸ਼ੁਰੂ ਕਰਨ ਲੱਗੇ ਹਾਂ। ਪਹਿਲਾ ਜਿਹੜਾ ਇਨਾਮ ਹੈ ਉਹ ਦਿੱਤਾ ਜਾਏਗਾ ਜਿਹੜਾ ਬੱਚਾ ਹਿੰਦ ਪ੍ਰਵਾਸ ਕਰਕੇ ਆਇਆ 5-5 ਨੂੰ ਸੋਨੂ ਬੱਬਰ ਜੂਲਰਸ ਵਾਲੇ, ਉਹ ਆ ਕੇ ਆਪਣਾ ਇਨਾਮ ਹਾਸਲ ਕਰਨ। ਸੋਨੂ ਬੱਬਰ ਜੂਲਰ ਜੀ, ਲਓ ਜੀ ਅੱਜ ਨਵੇਂ ਨਾਮ ਕੀਤਾ ਜਿੱਦਾਂ ਕਿ ਠੀਕ ਹੈ ਜੀ, ਪਰਵਾਜ ਹੈ ਜੀ ਰੋਮੀਓ ਸਲੂਨ 9-5 ਵਾਲੀ ਹਿੱਟ ਪਰਵਾਜ ਰੋਮੀਓ ਸਲੂਨ। ਲਓ ਜੀ ਸੋਨੂ ਭਾਈ ਬੱਬਰ ਜੂਲਰ, ਠੀਕ ਹੈ ਜੀ, ਬਹੁਤ ਬਹੁਤ ਮੁਬਾਰਕਾਂ ਜੀ। ਦੂਸਰਾ ਨਾਮ ਵੀ ਅਨਾਊਂਸ ਕਰਤਾ ਵਾ ਜੀ, ਰੋਮੀਓ ਸਲੂਨ ਜੀ। ਠੀਕ ਹੈ ਜੀ ਰੋਮੀਓ ਸਲੂਨ ਵਾਲੇ, ਠੀਕ ਹੈ ਜੀ। ਸ਼ੀਲਡ ਵਿੱਚ ਤੀਜਰਾ ਇਨਾਮ ਵੀ ਰੋਮੀਓ ਸਲੂਨ ਹੈ ਅਤੇ ਹਿੱਟ ਪਰਵਾਜ ਵੀ ਰੋਮੀਓ ਸਲੂਨ। ਲਓ ਜੀ ਹਿੱਟ ਪਰਵਾਜ ਵੀ ਜਿੱਦਾਂ ਕਿ ਤਾਜੀ ਹੋਣਾ ਮਿਲਿਆ ਵਾ ਅਤੇ ਤੀਸਰਾ ਇਨਾਮ ਵੀ ਸ਼ੀਲਡ ਦਿੱਤੀ ਕਰੋ, ਸ਼ੀਲਡ ਦਿੱਤੀ ਕਰੋ ਜੀ। ਰੋਮੀਓ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਰੋਮੀਓ ਸਲੂਨ ਹਿੱਟ ਪ੍ਰਵਾਸ ਦੇ ਵਿੱਚ ਤੀਸਰਾ ਇਨਾਮ ਜਿੱਤਿਆ ਹੈ। ਰੋਮੀਓ ਇੱਕ ਵਾਰੀ ਮੁਬਾਰਕਾਂ ਤੈਨੂੰ ਦੇ, ਤੇਰੇ ਵਾਸਤੇ ਤਾੜੀਆਂ, ਰੋਮੀਓ ਵਾਸਤੇ ਤਾੜੀਆਂ। ਤੀਜਾ ਪ੍ਰਾਈਜ਼ ਜਿੱਤਿਆ ਅਤੇ ਰੋਮੀਓ ਸਲੂਨ ਤੀਸਰਾ ਪ੍ਰਾਈਜ਼ ਹੈ ਹਿੱਟ ਪ੍ਰਵਾਸ ਦੇ ਵਿੱਚ, ਤੀਸਰਾ ਇਨਾਮ ਮੇਰੇ ਵੀਰੋ ਰੋਮੀਓ ਸਲੂਨ। ਸੁੰਦਰ ਕਾਪਾ ਅਤੇ ਨਗਦ ਰਾਸ਼ੀ ਦੇ ਰਹੇ ਹੈ ਸਾਡੇ ਸ਼੍ਰੀ ਅਸ਼ਵਨੀ ਕੁਮਾਰ ਪੱਪੂ ਜੀ, ਗੁਰਵਿੰਦਰ ਸਿੰਘ ਜੀ ਔਲਕ ਦੇ ਨਾਲ ਬੋਬੀ ਉਸਤਾਦ ਸੱਪਾਂ ਵਾਲੀ। ਲਓ ਜੀ ਦੂਸਰਾ ਇਨਾਮ ਗੋਰਾ ਪਟਵਾਰੀ, ਕਿੱਥੇ ਆ ਪਟਵਾਰੀ, ਆ ਮਿੱਤਰਾ ਵੇਖ ਕਮਾਈ ਅਦਰੇ ਵੀਰ ਨੇ ਜਾਰੀ। ਇਹ ਹੈ ਗੋਰਾ ਪਟਵਾਰੀ ਜਿਹੜਾ ਅੱਜ ਦੇ ਮੇਰੇ ਵੀਰੋ ਪ੍ਰੋਗਰਾਮ ਦੇ ਵਿੱਚ ਦੂਸਰਾ ਪ੍ਰਾਈਜ ਹਾਸਲ ਕਰ ਰਿਹਾ ਹੈ। ਸ਼ੀਲਡ ਇੱਕ ਸੁੰਦਰ ਕਾਪਾ ਅਤੇ ਨਗਦ ਰਾਸ਼ੀ। ਜਲਦੀ ਆਓ ਜੀ ਜਲਦੀ ਵੀਰੋ, ਕਿਉਂਕਿ ਸਾਡੇ ਜਿਹੜੇ ਅਸ਼ਵਨੀ ਕੁਮਾਰ ਪੱਪੂ ਜੀ ਆਏ ਨਾ
ਉਹ ਬਹੁਤ ਸਮੇਂ 'ਚੋਂ ਸਮਾਂ ਕੱਢ ਕੇ ਸਾਡੇ ਦਰਮਿਆਨ ਪ੍ਰਧਾਨ ਜੀ ਪਹੁੰਚੇ ਹੋਏ ਹੈ, ਉਹਨਾਂ ਦਾ ਧੰਨਵਾਦ ਹੈ। ਆਹ ਵੀ ਗੋਰੇ ਪਟਵਾਰੀ ਦੋ ਤਿੰਨ ਜਾਣੇ ਆਇਆ ਕਰਨ, ਵੀਰ ਜੀ ਬੇਨਤੀ ਹੈ ਕਿ ਇੱਥੇ ਫਿਰ ਪਤਾ ਨਹੀਂ ਇਹ ਹੈ ਮੇਰੇ ਵੀਰੇ 10 ਵਾਰ ਕਬੂਤਰਬਾਜ਼ੀ ਮੁਕਾਬਲਾ ਜਿਹਦੇ ਵਿੱਚੋਂ ਗੋਰਾ ਪਟਵਾਰੀ 10,000 ਤੇ ਸੁੰਦਰ ਕਾਪਲਾ ਜੇਤੂ। ਹੈਲੋ ਜੀ, ਚੀਨਾ ਗਰੁੱਪ ਤੋਂ ਫੋਟੋ ਕਰਾ ਲਓ ਜੀ। ਗੋਰੇ ਪਟਵਾਰੀ ਵੀਰ ਜੀ ਹੋਣੀ ਤੇ ਬਹੁਤ ਬਹੁਤ ਮੁਬਾਰਕਾਂ ਜੀ। ਠੀਕ ਹੈ ਜੀ, ਬਹੁਤ ਬਹੁਤ ਮੁਬਾਰਕਾਂ ਉਸਤਾਦ ਜੀ, ਤੁਹਾਡੀ ਸਾਰੀ ਟੀਮ ਨੂੰ ਜੀ। ਜੀ ਹੁਣ ਸੈਕਿੰਡ ਵੀ ਹੋ ਗਿਆ, ਦੂਜਾ ਇਨਾਮ ਵੀ ਹੋ ਗਿਆ। ਪਹਿਲੇ ਇਨਾਮ ਤੇ ਇਨਾਮ ਜਿੱਤਣ ਵਾਲਾ ਭੋਲੂ ਪਹਿਲਵਾਨ ਦੀ, ਕਿੱਥੇ ਆ ਭੋਲੂ ਪਹਿਲਵਾਨ ਦੀ, ਆਉਣ ਜੀ ਵੀਰ ਜੀ, ਜਿਹਨਾਂ ਨੇ 13,000 ਤੇ ਕੱਪ ਤੇ ਕਬਜ਼ਾ ਕੀਤਾ, ਤਾੜੀਆਂ ਜ਼ੋਰਦਾਰ। ਭੋਲੂ ਪਹਿਲਵਾਨ ਨੂੰ ਮੁਬਾਰਕਾਂ। ਵੀ ਭੋਲੂ ਸਿਆ ਇੱਕ ਵਾਰੀ ਹੱਥ ਖੜਾ ਕਰ, ਭੋਲੂ ਪਹਿਲਵਾਨ ਇੱਕ ਵਾਰੀ ਫਤਿਹ ਸਾਂਝਾ। ਇਹ ਆ ਭੋਲੂ ਪਹਿਲਵਾਨ, ਉਸਤਾਦ ਲੋਕ ਨੇ ਇਸ ਕਬੂਤਰਬਾਜ਼ੀ ਮੁਕਾਬਲੇ ਦੇ ਵਿੱਚੋਂ 10ਵੀਂ ਕਬੂਤਰਬਾਜ਼ੀ ਮੁਕਾਬਲਾ 2024 ਪਹਿਲਾ ਇਨਾਮ ਭੋਲੂ ਪਹਿਲਵਾਨ। ਅੱਜ ਮੇਰੇ ਵੀਰੋ ਸਾਡੇ DSP ਸਾਹਿਬ ਸਰਦਾਰ ਗੁਰਵਿੰਦਰ ਸਿੰਘ ਜੀ ਔਲਖ, ਪ੍ਰਧਾਨ ਮਨਜੀਤ ਸਿੰਘ ਜੀ, ਉਸਤਾਦ ਗੋਬੀ ਸੱਪਾਂ ਵਾਲੇ ਮਾਣ ਮਹਿਸੂਸ ਕਰ ਰਹੇ ਹੈ ਤੇ ਐਸ਼ ਉਸਤਾਦ ਕਹਿੰਦਾ ਕਿ ਬੜੇ ਪਿਆਰ ਭਰੇ ਸੱਦੇ ਤੇ ਅਸ਼ਵਨੀ ਕੁਮਾਰ ਪੱਪੂ ਜੀ ਆਏ ਹੋਏ, ਉਹਨਾਂ ਦਾ ਦਿਲ ਦੀਆਂ ਗਹਿਰਾਂ ਗਿਆ ਧੰਨਵਾਦ। 9/5/2024 ਜਿਹੜੀ ਬਾਜੀ ਉੱਡੀ ਨਾ, ਬੱਚੇ ਦਾ ਇਨਾਮ ਲੈਣ ਦੇ ਵਾਸਤੇ 1500 ਐਂਟਰੀ ਸੀ 9/5/2024 ਨੂੰ ਬਾਜੀ ਉੱਡੀ ਹੈ। ਬੱਚੇ ਦਾ ਇਨਾਮ ਜਿੱਤਣ ਵਾਸਤੇ ਪਿੰਕਾ ਉਸਤਾਦ ਜੀ ਆਉਣਗੇ, ਕਿਆ ਬਾਤ ਹੈ। ਜਦੋਂ ਮੈਂ ਦੇਖ ਰਿਹਾ ਸੀ ਨਾ ਗੁਰਵਿੰਦਰ ਸਿੰਘ ਜੀ ਔਲਖ ਸਾਹਿਬ DSP ਸਾਹਿਬ ਨੂੰ, ਉਹਨਾਂ ਨੇ ਆਪ ਮੈਪ ਫੜ ਕੇ ਪਿੰਕੇ ਉਸਤਾਦ ਦਾ ਆਪਣੇ ਸ਼ਬਦਾਂ ਦਾ ਧੰਨਵਾਦ ਕੀਤਾ ਹੈ। ਫਿਰ ਵੇਖੋ ਰੁਤਬਾ ਕਿੰਨਾ ਹੋਵੇਗਾ, ਐਡੀ ਵੱਡੀ ਸ਼ਖਸੀਅਤ ਆ ਜਿਹਨਾਂ ਨੇ ਗਾੜੀ ਮੇਰੇ ਵੀਰੋ ਸਮੀਰ ਦਾ ਸਵਾਗਤ ਕੀਤਾ, ਆਖਿਆ ਕਿ ਸੀਨੀਅਰ ਉਸਤਾਦ ਹੈ, ਸੀਨੀਅਰ ਹੈ ਸਾਡੇ ਤੋਂ ਪਿੰਕਾ ਉਸਤਾਦ। ਛੋਟੇ ਬੱਚਿਆਂ ਦੀ ਬਾਜੀ ਲਓ ਜੀ, ਸਾਡੇ ਪਿੰਕਾ ਉਸਤਾਦ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ ਸੁੰਦਰ ਕੱਪ ਦੀ ਨਗਦ ਰਾਸ਼ੀ ਪ੍ਰਾਪਤ ਕਰ ਰਹੇ ਹੈ। ਪੱਪੂ ਪ੍ਰਧਾਨ ਜੀ ਵਿਸ਼ੇਸ਼ ਤੌਰ 'ਤੇ ਕਾਂਗਰਸ ਪਾਰਟੀ ਦੇ ਮਾਣ ਹੈ, ਉਹ ਆਏ ਹੋਏ ਹੈ। ਹਿੱਟ ਪ੍ਰਵਾਜ ਗੋਬੀ ਸੂਰ ਮੰਡੀ ਵਾਲੇ ਆਓ ਜੀ, ਇੱਥੇ ਗੋਬੀ ਸੂਰ ਮੰਡੀ ਇੱਥੇ ਬੈਠੇ ਆ ਵੀਰਾਂ, ਗੋਬੀ ਸੂਰ ਮੰਡੀ ਹਿੱਟ ਪ੍ਰਵਾਜ ਦੇ ਵਿੱਚੋਂ ਇਨਾਮ ਪ੍ਰਾਪਤ ਕਰ ਰਹੇ ਨੇ। ਆਓ ਗੋਬੀ ਸੂਰ ਮੰਡੀ ਜੀ ਜੀ ਆਓ ਆਓ ਆਓ, ਕਿਆ ਬਾਤ ਹੈ, ਸਵਾਦ ਵੱਖਰੇ ਹੈ। ਹਲੇ ਤਾਂ ਨਾਮ ਮਾਹੌਲ ਬਣ ਗਿਆ ਮੇਰੇ ਵੀਰੋ, ਬਾਗੋ ਬਾਗ ਹੋ ਗਏ ਆ ਸਾਡੇ ਵੀਰਾਂ। ਇਹ ਆ ਸਾਡੇ ਗੋਬੀ ਸੂਰ ਮੰਡੀ ਜਿਹਨਾਂ ਨੇ ਹਿੱਟ ਪ੍ਰਵਾਜ ਦੇ ਵਿੱਚੋਂ ਮੇਰੇ ਵੀਰੋ ਇਨਾਮ ਜਿੱਤਿਆ ਹੈ। ਅਗਲਾ ਦੱਸੋ ਜੀ ਫਿਰ ਕਿਹੜਾ ਸੱਜਣ ਬੁਲਾਈਏ, ਤੇ ਜਿਹੜੀ ਬਾਜੀ ਚੱਲ ਰਹੀ ਆ ਨਾ ਉਹਦੇ ਨਾਮ ਵੰਡੇ ਜਾ ਰਹੇ ਆ ਤੇ ਪਿੰਕਾ ਉਸਤਾਦ ਤੀਸਰਾ ਇਨਾਮ ਜਿੱਤਣ ਵਾ ਜਿੱਤੇ ਨੇ ਪਿੰਕਾ ਉਸਤਾਦ ਰਿਸ਼ਕਿਆਂ ਵਾਲੇ, ਮੇਰੇ ਵੀਰੋ ਰਿਸ਼ਕਿਆਂ ਵਾਲੇ
ਉਹ ਆਉਣਗੇ ਪਿੰਕਾ ਉਸਤਾਦ ਰਸ਼ਕਿਆਂ ਵਾਲੇ ਜੋ ਤੀਸਰਾ ਇਨਾਮ ਦੇ ਜੇਤੂ ਹੈ। ਆਓ ਜੀ ਪਿੰਕੇ ਦੋ ਨੇ, ਇੱਕ ਸੂਰ ਮੰਡੀ ਵਾਲੇ ਅਤੇ ਇੱਕ ਸਾਡੇ ਪਿੰਕਾ ਉਸਤਾਦ ਰਸ਼ਕਿਆਂ ਵਾਲੇ। ਕਿਆ ਬਾਤ ਹੈ, ਦੇਖੋ ਸੁੰਦਰ ਕੱਪ ਐ ਰੀਜਨਲ ਟਰਾਫੀਆਂ ਬਣਾਈਆਂ, ਸੁੰਦਰ ਕੱਪ ਬਣਾਏ ਆ ਸਾਡੇ ਭਰਾਵਾਂ ਨੇ ਔਲਖ ਸਾਹਿਬ ਤੇ ਸਾਡੇ ਗੋਬੀ ਸੱਪਾਂ ਵਾਲੇ, ਕਹਿੰਦੇ ਘਾਟ ਨਹੀਂ ਰਹਿਣ ਦੇਣੀ ਜੀ। ਦੂਜੇ ਨਾਮ ਵਾਸਤੇ ਆਉਣ ਆਪਣਾ ਪ੍ਰਾਈਜ਼ ਲੈਣ ਵਾਸਤੇ ਗੋਬੀ ਉਸਤਾਦ ਸੱਪਾਂ ਵਾਲੇ, ਗੋਬੀ ਉਸਤਾਦ ਸੱਪਾਂ ਵਾਲੇ ਤੇ ਉਹਨਾਂ ਦਾ ਬੇਟਾ ਐਸ਼ ਉਸਤਾਦ, ਉਹਨਾਂ ਦਾ ਬੇਟਾ ਮਾਣ ਮਹਿਸੂਸ ਕਰ ਰਿਹਾ ਹੈ। ਵਾਹ, ਭਾਵੇਂ ਗੋਬੀ ਜੀ ਐਸ਼ ਦੇ ਪਿਤਾ ਜੀ ਹੈ ਪਰ ਭਰਾ ਵਾਂਗਰੇ ਰਹਿੰਦੇ ਹੈ, ਭਰਾ ਵਰਗੇ ਲੱਗਦੇ ਹੈ। ਵੱਡਾ ਕੱਪ ਆਇਆ ਮੇਰੇ ਵੀਰੋ ਉਸਤਾਦ ਗੋਬੀ ਸੱਪਾਂ ਵਾਲੇ ਪ੍ਰਧਾਨ ਜੀ, ਮਾਣ ਹੈ ਮੇਰੇ ਵੀਰੋ ਦਰਵਿੰਦਰ ਸਿੰਘ ਔਲਖ ਡੀ ਐਸ ਪੀ ਸਾਹਿਬ ਨੂੰ, ਮਨਜੀਤ ਸਿੰਘ ਜੀ ਔਜਲਾ ਯੂ ਐਸ ਏ ਵਾਲੇ ਉਸਤਾਦ ਨੂੰ, ਗੋਬੀ ਭਰਾ ਉੱਤੇ ਤੇ ਗੋਬੀ ਉਸਤਾਦ ਦੀ ਪਾਰਟੀ ਸਿੰਮੂ, ਬਿੱਲਾ ਆਸਟ੍ਰੇਲੀਆ ਵਾਲਾ, ਸਿੰਮੂ ਬਿੱਲਾ ਆਸਟ੍ਰੇਲੀਆ ਵਾਲਾ, ਸਿੰਮੂ ਤੇ ਬਿੱਲਾ ਉਸਤਾਦ ਆਸਟ੍ਰੇਲੀਆ ਵਾਲੇ, ਇਹ ਪਾਰਟੀ ਆ ਸਾਡੇ ਗੋਬੀ ਉਸਤਾਦ ਹੋਣਾ ਦੀ, ਸੱਪਾਂ ਵਾਲਿਆਂ ਦੇ ਯਾਰ ਮਿੱਤਰ ਨੇ। ਬੜਾ ਮਾਣ ਕਰਦਾ ਐਸ਼, ਐਸ਼ ਆਇਆ ਸੋਨੂ ਤੇ ਬਿੱਲਾ ਆਸਟ੍ਰੇਲੀਆ ਵਾਲੇ, ਸਾਡਾ ਐਸ਼ ਉਸਤਾਦ ਪ੍ਰਮੋਦ ਖਲੀਫਾ, ਸੋਨੂ ਸੱਪਾਂ ਵਾਲੇ, ਸਿਮਰਨ ਸੱਪਾਂ ਵਾਲੇ ਤੇ ਸਿੰਮੂ ਬਿੱਲਾ ਆਸਟ੍ਰੇਲੀਆ ਵਾਲੇ, ਇਹ ਲੱਗਦਾ ਪਹਿਲੇ ਨਾਮ ਦੇ ਜੇਤੂ ਹੈ ਜੀ। ਮਾਵਾ ਜ਼ੋਰਦਾਰ ਤਾੜੀਆਂ ਮੁੰਡਿਆਂ ਵਾਸਤੇ, ਆਹ ਵੇਖੋ ਕੱਪ ਆਉਂਦਾ, ਕੱਪ ਐਵੇਂ ਨਹੀਂ ਜਿੱਤੇ ਜਾਂਦੇ, ਕੁਝ ਕਰਕੇ ਦਿਖਾਉਣਾ ਪੈਂਦਾ ਹੈ, ਦੁਨੀਆਂ ਨੂੰ ਕੁਝ ਵੱਖਰਾ ਕਰਕੇ ਦਿਖਾਉਣਾ ਪੈਂਦਾ ਹੈ। ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ, ਪਿਛਲ ਵਾਰ ਖੰਡੇ ਨਾਲ, ਚਾਰ ਇੱਕ ਤਰੀਕਿਆਂ ਨਾਲ ਕੰਮ ਕਰੇ ਬੰਦਾ ਸਦਾ, ਸ਼ੌਕ ਨਾਲ, ਪਿਆਰ ਨਾਲ, ਲਾਲਚ ਦੇ ਡੰਡੇ ਨਾਲ। ਸੋਨੂ, ਸਿੰਮੂ, ਬਿੱਲਾ ਆਸਟ੍ਰੇਲੀਆ ਵਾਲੇ ਉਸਤਾਦ, ਇਹ ਕਹਿੰਦੇ ਮੇਰੇ ਵੀਰੋ ਬੋਬੀ ਉਸਤਾਦ ਦੀਆਂ ਸੱਜੀਆਂ ਖੱਬੀਆਂ ਬਾਹਾਂ ਨੇ, ਐਸ਼ ਉਸਤਾਦ ਨੂੰ ਆਪਣੇ ਭਰਾਵਾਂ ਉੱਤੇ ਮਾਣ ਹੈ। ਸ਼ੀਨਾ ਗਰੁੱਪ ਵਾਲੇ ਸ਼ੀਲਡ ਦੇ ਇਨਾਮ ਬੋਲਣ ਲੱਗੇ ਆ ਬਾਜੀ ਦੇ, ਸ਼ੀਨਾ ਗਰੁੱਪ ਬਾਜੀ ਦੇ ਇਨਾਮ, ਹਿੱਟ ਪ੍ਰਵਾਜ ਦੇ ਹਰਦੀਪ ਉਸਤਾਦ ਜੀ ਆਉਣਗੇ, ਨਵੀਂ ਆਬਾਦੀ ਵਾਲੇ ਹਿੱਟ ਪ੍ਰਵਾਜ ਦੇ ਮੇਰੇ ਵਿੱਚੋਂ ਨਾਮ ਜਿੱਤੇ ਹੈ, ਫਿਰ ਦੱਸਿਓ ਜੀ ਨਾਮ ਉਹਨਾਂ ਦਾ। ਹਰਦੀਪ ਉਸਤਾਦ ਨਵੀਂ ਆਬਾਦੀ ਵਾਲੇ, ਹਰਦੀਪ ਕਿੱਥੇ ਹੱਥ ਖੜਾ ਕਰ, ਆਓ ਜੀ ਆਓ ਹਰਦੀਪ, ਵਾਹ ਸੋਹਣਿਆ, ਆ ਗੱਭਰੂ ਆ ਹਰਦੀਪ, ਹਿੱਟ ਪ੍ਰਵਾਜ ਦਾ ਇਨਾਮ ਜੇਤੂ ਰਿਹਾ ਹੈ। ਦੇਖੋ ਮੇਰੇ ਵੀਰੋ ਵੀਰ ਦੀ ਤੁਰਨੀ, ਦੇਖੋ ਮੁੰਡੇ ਦਾ ਯਾਰਾਂ ਦਾ ਪਿਆਰ, ਸਾਰੇ ਆਣ ਕੇ ਨਾਲ ਖੜ ਗਏ ਹੈ। ਇਹ ਆ ਸਾਡਾ ਹਰਦੀਪ ਉਸਤਾਦ, ਜਿਹੜਾ ਮੇਰੇ ਵੀਰੋ ਹਿੱਟ ਪ੍ਰਵਾਜ ਦੇ ਵਿੱਚੋਂ ਜੇਤੂ ਰਿਹਾ ਹੈ, ਹਿੱਟ ਪ੍ਰਵਾਜ ਦਾ ਇਨਾਮ ਦਿੱਤਾ ਜਾ ਰਿਹਾ ਵੀਰ ਨੂੰ। ਵਾਹ, ਮੁਬਾਰਕਾਂ ਮੁਬਾਰਕਾਂ ਨੌਜਵਾਨ ਨੂੰ, ਲੱਖ ਲੱਖ ਵਧਾਈਆਂ। ਕਬੂਤਰਬਾਜ਼ੀ ਦੇ ਵਿੱਚੋਂ ਮੇਰੇ ਵੀਰਿਓ ਇਹਨਾਂ ਨੇ ਇਨਾਮ ਦਿੱਤੇ ਹੈ, ਇਹਨਾਂ ਨੇ ਕਹਿੰਦੇ ਆਪਣੇ ਮੂੰਹਾਂ ਦੇ ਵਿੱਚੋਂ ਕੱਢ ਕੇ
ਬੁਰਕੀਆਂ ਕਬੂਤਰਾਂ ਨੂੰ ਖਵਾਈਆਂ ਹੈ। ਇਹਨਾਂ ਨੇ ਕਹਿੰਦੇ ਮੇਰੇ ਵੀਰਿਓ ਬਾਲਟੀਆਂ ਦੀਆਂ ਬਾਲਟੀਆਂ ਇਹ ਬਦਾਮਾਂ ਦੀਆਂ ਨਾ ਕਬੂਤਰਾਂ ਨੂੰ ਛਕਾਈਆਂ, ਫਿਰ ਗੱਲਾਂ ਬਣੀਆਂ ਮੇਰੇ ਵੀਰਿਓ ਵੱਡੀਆਂ ਹੋਈਆਂ ਨੇ। ਪੰਡਿਤ ਉਸਤਾਦ ਜੀ ਸ਼ੇਰਾਂ ਵਾਲੇ ਗੇਟ ਵਾਲੇ ਇਹ ਆਉਣ ਜੀ ਹਿੱਟ ਬੱਚੇ ਦੇ ਵਿੱਚੋਂ, ਹਿੱਟ ਬੱਚਾ ਪੰਡਿਤ ਸ਼ੇਰਾ ਇਹ ਆਉਣਗੇ ਜੀ। ਪੰਡਿਤ ਸ਼ੇਰਾ ਜੀ 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 ਪੰਡਿਤ ਉਸਤਾਦ ਜੀ ਸ਼ੇਰਾਂ ਵਾਲੇ ਗੇਟ ਉਹ ਹਿੱਟ ਬੱਚੇ ਦੇ ਇਨਾਮ ਦੇ ਵਿੱਚੋਂ ਇਨਾਮ ਪ੍ਰਾਪਤ ਕਰ ਰਹੇ ਹੈ। ਕਿਆ ਹਾਲ ਹੈ ਪੰਡਿਤ ਜੀ, ਰਾਮ ਰਾਮ ਕਹਿੰਦੇ ਹੈ। ਵਾਹ, ਪੰਡਿਤ ਜੀ ਇਨਾਮ ਪ੍ਰਾਪਤ ਕਰ ਰਹੇ ਹੈ। ਪੰਡਿਤ ਸ਼ੇਰਾ ਸ਼ੇਰਾਂ ਵਾਲੇ ਗੇਟ 2500 ਇਨਾਮ ਦੇ ਨਾਲ ਕੱਪ ਜਿੱਤ ਰਹੇ ਹੈ। ਪੰਡਿਤ ਜੀ ਨੂੰ ਮੁਬਾਰਕਾਂ। ਹੁਣ ਤੀਸਰੇ ਨਾਮ ਵਾਸਤੇ ਆਉਣ ਜੀ ਬੋਬੀ ਜੈਨ, ਸ਼ੀਨਾ ਗਰੁੱਪ ਵਾਲੇ ਵੀਰ ਬੋਬੀ ਜੈਨ ਜੀ ਤੀਸਰਾ ਇਨਾਮ ਪ੍ਰਾਪਤ ਕਰਨਗੇ। ਤੇ ਇਨਾਮ ਹੈ ਵੀਰ ਕਹਿੰਦੇ 20,000। ਵਾਹ, ਸਾਡੇ ਉਸਤਾਦ ਪੱਪੂ ਜੀ ਗਵਾਲ ਮੰਡੀ ਚੇਅਰਮੈਨ ਵੱਡੀ ਜ਼ਿੰਮੇਵਾਰੀ ਹੈ। ਸੋਨੂੰ ਭਲਵਾਨ ਜੀ, ਸ਼ਰਨਜੀਤ ਗੋਗੀ ਚੇਅਰਮੈਨ, ਸ਼ੀਨਾ ਗਰੁੱਪ 15,000 ਸ਼ੀਲਡ ਵੱਲੋਂ ਤੇ 5,000 ਸ਼ੀਨਾ ਗਰੁੱਪ ਵੱਲੋਂ ਇਹ ਸਪੈਸ਼ਲ ਮਾਣ ਸਨਮਾਨ ਕੀਤੇ ਗਏ ਆ। ਇਹ ਮਾਣ ਕੀਤੇ ਗਏ ਆ ਵੀਰ ਦੇ। ਹੁਣ ਸੈਕਿੰਡ ਇਨਾਮ ਆਵੇ ਜੀ ਸ਼ੀਨਾ ਗਰੁੱਪ। ਸੈਕਿੰਡ ਇਨਾਮ ਜਿੱਤਿਆ ਜੀ ਪ੍ਰਿੰਸ ਗੰਗਾ ਬਿਲਡਿੰਗ ਵਾਲਿਆਂ ਨੇ। ਪ੍ਰਿੰਸ ਗੰਗਾ ਬਿਲਡਿੰਗ ਵਾਲੇ ਹੁਣ ਸੈਕਿੰਡ ਇਨਾਮ ਦੇ ਜੇਤੂ ਨੇ ਇਸ ਕਬੂਤਰਬਾਜ਼ੀ ਦੇ ਵਿੱਚੋਂ, ਸ਼ੀਨਾ ਗਰੁੱਪ ਬਾਜ਼ੀ ਦੇ ਵਿੱਚੋਂ ਸੈਕਿੰਡ ਇਨਾਮ ਦੇ ਜੇਤੂ। 20,000 ਰੁਪਇਆ ਸ਼ੀਲਡ ਦੋ ਤੇ 11,000 ਰੁਪਇਆ ਸ਼ੀਨਾ ਗਰੁੱਪ। ਇਹ ਮੈਨੂੰ ਸਮਝਾ ਦਿਓ, ਸ਼ੀਨਾ ਗਰੁੱਪ ਨੇ ਸਪੈਸ਼ਲ ਦਿੱਤਾ? ਆ ਗਿਆ ਪਲ ਬਣੀ ਹੈ ਆਪਣੇ ਵੱਲੋਂ 11,000 ਸ਼ੀਨਾ ਗਰੁੱਪ ਵੱਲੋਂ ਤੇ ਸ਼ੀਲਡ ਤੇ ਸ਼ੀਲਡ ਦੇ ਨਾਲ ਪੈਸੇ ਹੈ। ਵਾਹ, ਕਿਆ ਬਾਤ ਹੈ, ਵੱਡਾ ਇਨਾਮ। ਇਹ ਹੈ ਮੇਰੇ ਵੀਰੋ ਸੈਕਿੰਡ ਇਨਾਮ, ਸੈਕਿੰਡ ਇਨਾਮ ਪ੍ਰਿੰਸ। ਜੋ ਇਹ ਸ਼ੀਨੇ ਗਰੁੱਪ ਦੇ ਵਿੱਚ ਆਉਣ, ਆਪਾਂ ਪਹਿਲੇ ਇਨਾਮ ਦਾ ਜ਼ਿਕਰ ਕਰਨ ਜਾ ਰਹੇ ਹਾਂ। ਸ਼ੀਨਾ ਗਰੁੱਪ ਦੇ ਵਿੱਚੋਂ ਪਹਿਲਾ ਇਨਾਮ ਪ੍ਰਾਪਤ ਕੀਤਾ ਜੀ ਮੇਰੇ ਵੀਰੋ ਸ਼ੀਨੇ ਗਰੁੱਪ ਦੀ ਬਾਜ਼ੀ ਵਿੱਚੋਂ ਪਹਿਲਾ ਇਨਾਮ ਜਿੱਤਿਆ। ਵਾਹ, ਗੱਭਰੂ ਕਮਾਲ ਕਰ ਦਿੱਤੀ ਹੈ। ਉਹਦੇ ਜਿਹਨਾਂ ਦੇ ਹੌਸਲੇ ਬੁਲੰਦ ਲੋਕੋ ਖੜ ਕੇ ਧਰਤੀ ਤੋਂ ਅੰਬਰਾਂ ਨੂੰ ਛੂ ਲੈਂਦੇ, ਰਾਜੇ ਖੇਲੇ ਜੁਰਤ ਰੱਖਣ ਵਾਲੇ ਯੋਧੇ ਜੜ ਤੋਂ ਪਹਾੜਾਂ ਨੂੰ ਧੂ ਲੈਂਦੇ। ਹੁਣ ਅਗਲੀ ਬਾਜ਼ੀ 9
ਤਰੀਕ 6 ਮਹੀਨੇ ਦੇ ਵਿੱਚ ਬਾਜੀ ਉੱਡੀ ਆ ਉਹਦੇ ਬਾਰੇ ਦੱਸਣ ਜਾ ਰਹੇ ਹਾਂ ਜੀ। ਬੱਚੇ ਦਾ ਇਨਾਮ ਜਿੱਤਿਆ ਜੀ ਬਿੱਲੇ ਢੋਲੀ ਨੇ ਬੱਚੇ ਦਾ ਇਨਾਮ ਜਿੱਤਿਆ ਜੀ, ਜਿਹੜੀ 9/6/2024 ਨੂੰ ਬਾਜੀ ਉੱਡੀ ਆ ਨਾ ਉਹਦੇ ਵਿੱਚ ਬੱਚੇ ਦਾ ਇਨਾਮ ਬਿੱਲੇ ਢੋਲੀ ਨੇ ਜਿੱਤਿਆ। ਆ ਵੀ ਮਿੱਤਰਾ ਗਿਲਿਆ ਇਹ ਬਿੱਲਾ ਢੋਲੀ ਤੇ ਮੇਸ਼ਾ ਉਸਤਾਦ ਜੀ ਸਾਡੇ ਬੱਬੂ ਜੀ ਚੇਅਰਮੈਨ ਉਸਤਾਦ ਜੀ ਦੱਸ ਰਹੇ ਆ ਕਿ ਮਾਣ ਸਾਨੂੰ ਇਹਨਾਂ ਉੱਤੇ ਜਿਹੜੇ ਸਾਡੇ ਢੋਲੀ ਵੀਰ ਅੱਜ ਢੋਲੀਆਂ ਨੇ ਵੀ ਰੰਗ ਵੱਖਰਾ ਭਰਿਆ ਹੈ ਜਿੱਥੇ ਸਾਡੇ ਰਿੰਕੂ ਢੋਲੀ ਉਸਤਾਦ ਜੀ ਐਸ਼ ਮਾਣ ਉਹਨਾਂ ਵੀਰਾਂ ਉੱਤੇ ਐਸ਼ ਜੋ ਸਾਡੇ ਉਸਤਾਦ ਬੋਬੀ ਸੱਪਾਲੇ ਦਾ ਬੇਟਾ ਹੈ ਜੋ ਇਨਾਮ ਵੰਡ ਰਿਹਾ ਅਤੇ ਨਾਲ ਕਹਿ ਰਿਹਾ ਕਿ ਸ਼੍ਰੀ ਅਸ਼ਵਨੀ ਕੁਮਾਰ ਪੱਪੂ ਜੀ ਸਾਡੇ ਕੋਲ ਵਿਸ਼ੇਸ਼ ਤੌਰ 'ਤੇ ਪੁੱਜਿਆ। ਇਹ ਹੈ ਹਿੱਟ ਪਰਵਾਜ ਬਿੱਲਾ ਢੋਲੀ ਇਨਾਮ ਪ੍ਰਾਪਤ ਕਰ ਰਿਹਾ ਹੈ। ਅਗਲਾ ਜੀ ਸਿੰਮੂ ਅਤੇ ਆਸਟ੍ਰੇਲੀਆ ਵਾਲੇ ਬਿੱਲਾ ਜੀ ਹਿੱਟ ਪਰਵਾਜ ਦਾ ਇਨਾਮ ਪ੍ਰਾਪਤ ਕਰਨਗੇ। ਸਿੰਮੂ ਅਤੇ ਬਿੱਲਾ ਉਸਤਾਦ ਆਸਟ੍ਰੇਲੀਆ ਵਾਲੇ ਆਉਣਗੇ ਵੀਰ। ਐਸ਼ ਆਪਣੇ ਵੀਰਾਂ ਨੂੰ ਫਿਰ ਬੁਲਾਉਣਾ ਹੈ। ਇਹ ਹੈ ਮੇਰੇ ਵੀਰੋ ਬੋਬੀ ਉਸਤਾਦ ਸੱਪਾਂ ਵਾਲੇ ਨਾਲ ਐਸ਼ ਉਸਤਾਦ ਦੀ ਇਹ ਪਾਰਟੀ ਆ ਗਰੁੱਪ ਹੈ ਯਾਰਾਂ ਦਾ ਗਰੁੱਪ। ਉਹ ਵਾਹ ਜਾਰੀਆਂ ਤੋਂ ਹੁੰਦੇ ਕਰਵਾਣੇ ਆਏ ਆ ਵੈਰੀਆਂ ਨਹੀਂ ਬਣ ਕੇ ਚਟਾਣ ਆਏ ਆ। ਸਾਨੂੰ ਦਾਦੇ ਨੇ ਦਿੱਤੀਆਂ ਦਲੇਰੀਆਂ ਨਹੀਂ ਉਹ ਘਬਰਾਉਣਾ ਜਾਣਦੇ, ਅਸੀਂ ਪੱਕੀਆਂ ਕੰਧਾਂ 'ਚ ਕਿਲ ਲਾਉਣਾ ਜਾਣਦੇ। ਐਸ਼ ਅਤੇ ਉਹਦੇ ਪਿਤਾ ਜੀ ਉਸਤਾਦ ਬੋਬੀ ਸੱਪਾਂ ਵਾਲੇ ਉਹਨਾਂ ਦਾ ਗਰੁੱਪ ਹੈ। ਸਾਡਾ ਸਿੰਮੂ ਅਤੇ ਬਿੱਲਾ ਆਸਟ੍ਰੇਲੀਆ ਵਾਲਾ ਇਹ ਇਨਾਮ ਪ੍ਰਾਪਤ ਕਰ ਰਿਹਾ ਮੇਰੇ ਵੀਰੋ। ਇਸ ਤੋਂ ਬਾਅਦ ਅਗਲਾ ਹੁਣ ਹੁਣ ਤੀਸਰੇ ਨਾਮ ਵਾਸਤੇ ਆਉਣਗੇ ਪਿੰਕਾ ਉਸਤਾਦ ਜੀ ਰਿਸ਼ਤਿਆਂ ਵਾਲੇ। ਫਿਰ ਉੱਠੋ ਜੀ ਤੁਸੀਂ ਤਾਂ ਇੱਥੇ ਕੀ ਬੈਠੋ ਲੱਗਦਾ, ਕਿੰਨੀ ਵਾਰੀ ਆਉਣਾ ਪੈ ਰਿਹਾ ਤੁਹਾਨੂੰ। ਆਓ ਜੀ ਐਵੇਂ ਨਹੀਂ ਤੁਸੀਂ ਧੁੱਪਾਂ ਦੇ ਵਿੱਚ ਚਵਾਰਿਆਂ 'ਤੇ ਬਹਿ ਕੇ ਕੋਠਿਆਂ 'ਤੇ ਬਹਿ ਕੇ ਆਪੋ ਆਪਣੇ ਕਬੂਤਰ ਵੇਖੇ ਹੈ ਸੁਬਹਾ ਤੋਂ ਲੈ ਕੇ ਸ਼ਾਮ ਤੱਕ, ਫਿਰ ਮਿਲਦੇ ਆ ਇਨਾਮ ਤੱਕ, ਫਿਰ ਪਹੁੰਚਦੇ ਆ ਇਨਾਮ ਤੱਕ। ਕਬੂਤਰ ਉੱਡਦੇ ਵੇਖੇ ਆ ਸੁਬਹਾ ਤੋਂ ਸ਼ਾਮ ਤੱਕ, ਫਿਰ ਮਿਲਦੇ ਆ ਫਿਰ ਪਹੁੰਚਦੇ ਆ ਇਹ ਖਿਡਾਰੀ ਉਸ ਇਨਾਮ ਤੱਕ। ਇਹ ਆ ਮੇਰੇ ਵੀਰੋ ਪਿੰਕਾ ਉਸਤਾਦ ਰਿਸ਼ਕਿਆਂ ਵਾਲੇ। ਇਹ ਮੈਨੂੰ ਇਹ ਦੱਸੋ ਭਾਜੀ ਆ ਰਿਸ਼ਕੇ ਵਾਲੇ ਕਿਉਂ ਲੱਗਦਾ ਪਿੱਛੇ? ਹਾਂ ਕਈਆਂ ਦੀ ਟਰਾਂਸਪੋਰਟ ਹੁੰਦੀ ਟਰੱਕਾਂ ਦੀ, ਕਈਆਂ ਦੀ ਟਰਾਂਸਪੋਰਟ ਹੁੰਦੀ ਹੈ ਟਰਾਲਿਆਂ ਦੀ। ਇਹ ਕਹਿੰਦਾ ਸਾਡੀ ਰਿਸ਼ਕਿਆਂ ਦੀ ਟਰਾਂਸਪੋਰਟ ਹੈ, ਸਾਡੀ ਰਿਸ਼ਕਿਆਂ ਦਾ ਕਹਿੰਦੇ ਕੰਮ ਹੈ ਜਾਂ ਬਾਤ ਹੈ। ਕੰਮ ਛੋਟਾ ਵੱਡਾ ਨਹੀਂ, ਬੰਦੇ ਦੀ ਸੋਚ ਹੈ ਵੱਡੀ ਛੋਟੀ। ਬਾਹਰੋਂ ਕੀ ਖੱਟਣਗੇ ਅੰਦਰੋਂ ਨੀਤ ਜਿਹਨਾਂ ਦੀ ਖੋਟੀ। ਸ਼੍ਰੀ ਅਸ਼ਵਨੀ ਕੁਮਾਰ ਪੱਪੂ ਜੀ, ਵੀਰ ਗੁਰਵਿੰਦਰ ਸਿੰਘ ਜੀ ਔਲਖ DSP ਸਾਹਿਬ ਅਤੇ ਮਨਜੀਤ ਸਿੰਘ ਜੀ ਬੋਬੀ ਸੱਪਾਂ ਨੇ ਇਨਾਮ ਦੇ ਰਹੇ ਹੈ। ਹੁਣ ਦੂਸਰਾ ਇਨਾਮ ਸ਼ੀਨਾ ਗਰੁੱਪ, ਕੀ ਨਾਮ ਉਹਨਾਂ ਦਾ ਫਿਰ ਕਹਿਣਾ ਜੀ? ਜੀ ਸ਼ੀਨਾ ਗਰੁੱਪ ਬੋਲ ਦਿੱਤਾ ਹੈ ਤੇ ਸ਼ੀਨਾ ਗਰੁੱਪ ਦੀ ਰੀੜ ਦੀ ਹੱਡੀ ਹੈ DSP ਸਰਦਾਰ ਗੁਰਵਿੰਦਰ ਸਿੰਘ ਜੀ ਪ੍ਰਧਾਨ ਕਰੀ। ਮਾਰੋ ਤਾੜੀਆਂ ਉਸਤਾਦ ਵਾਸਤੇ। ਸ਼ੀਨਾ ਗਰੁੱਪ
ਮਸ਼ੀਨਾਂ ਵਿਰੁੱਧ ਗੁਰਵਿੰਦਰ ਹੋਣਾ ਨੇ ਐਵੇਂ ਨਹੀਂ ਕਰਾਈ। ਵਾਹਿਗੁਰੂ ਨੇ ਬਖਸ਼ੀ ਆ ਚੜ੍ਹਾਈ, ਨੀਤ ਰੱਖੀ ਸੀ ਸਾਫ, ਨੀਤਾਂ ਨੂੰ ਹੀ ਮਿਲਣ ਮਰਾਦਾ, ਮਿਹਨਤ ਨੂੰ ਫਲ ਲੱਗਦੇ ਨੇ। ਉਹਦੀ ਰਜਾ ਜੇ ਹੋਵੇ ਦੱਸਣਾ, ਪਾਣੀ ਉੱਚੀਆਂ ਪਲਾਂ ਨੂੰ ਵਗਦੇ ਨੇ। ਸਾਡੇ ਸਾਹਿਬ ਬਹਾਦਰ ਸਰਦਾਰ ਗੁਰਵਿੰਦਰ ਸਿੰਘ ਜੀ ਔਲਖ ਸਾਹਿਬ ਯਾਰਾਂ ਦੇ ਯਾਰ ਨੇ, ਇਮਾਨਦਾਰ ਅਫਸਰ ਨੇ, ਇਨਾਮ ਜਿੱਤਿਆ ਕਰੀ, ਤਾੜੀਆਂ ਮੁੰਡਿਓ, ਜ਼ੋਰਦਾਰ ਲਾ ਦਿਓ। ਲਓ ਜੀ 9-6 ਨੂੰ ਜਿਹੜੀ ਬਾਜੀ ਆ ਨਾ ਉਹਦਾ ਆ ਗਿਆ ਹੁਣ ਪਹਿਲੇ ਇਨਾਮ ਦਾ ਨਤੀਜਾ ਸਾਹਮਣੇ। ਸਿੰਮੋ ਬਿੱਲਾ ਉਸਤਾਦ ਆਸਟ੍ਰੇਲੀਆ ਵਾਲੇ ਤੇ ਬੋਬੀ ਸੱਭਾ ਵਾਲੇ ਦਾ ਗਰੁੱਪ ਹੈ, ਇਹਨਾਂ ਨੇ ਜਿੱਤ ਲਿਆ ਜੀ ਪਹਿਲਾ ਇਨਾਮ। ਆ ਜੀ ਸਿੰਮਿਆਂ ਜਦ ਪਾਰਟੀ ਬਣਦੀ ਹੈ, ਲੈ ਵੀ ਬਿੱਲਿਆ ਆਸਟ੍ਰੇਲੀਆ ਵਾਲਿਆ, ਐਸ਼ ਤੂੰ ਹੀ ਜਿੱਤਿਆ ਸਾਰੇ, ਐਸ਼ ਯਾਰਾਂ ਦੇ ਸਿਰ ਤੇ, ਬੋਬੀ ਉਸਤਾਦ ਡੈਡੀ ਦੇ ਸਿਰ ਤੇ ਐਸ਼ ਕਰਦਾ, ਐਸ਼ ਸਾਡਾ ਵੀਰ। ਆਓ ਵੇਖੋ ਅੱਜ ਦੇ ਇਸ ਖੇਡ ਮੇਲੇ ਦੇ ਵਿੱਚ ਇਨਾਮ ਜਿਹੜੇ ਦਿੱਤੇ ਜਾ ਰਹੇ ਹਨ, ਤੇ ਪਹਿਲਾ ਪ੍ਰਾਪਤ ਕੀਤਾ ਇਨਾਮ ਸਿੰਮੂ ਤੇ ਬਿੱਲਾ ਆਸਟ੍ਰੇਲੀਆ ਵਾਲੇ, ਉਸਤਾਦ ਬੋਬੀ ਉਹਨਾਂ ਦਾ ਗਰੁੱਪ ਹੈ ਮੇਰੇ ਵੀਰ, ਉਹਨਾਂ ਦਾ ਇਹ ਸੱਜਣ ਮਿੱਤਰ ਨੇ ਜਿਹਨਾਂ ਨੇ ਪਹਿਲਾ ਇਨਾਮ ਜਿੱਤਿਆ। ਹੋ ਗਈ ਜੀ ਭਾਜੀ, ਹੁਣ ਆਲ ਅੰਮ੍ਰਿਤਸਰ ਸਾਹਿਬ ਦੇ ਚੈਂਪੀਅਨਸ਼ਿਪ ਜਿਹੜੀ ਹੋਈ ਨਾ ਮੇਰੇ ਵੀਰੋ, ਉਹਦੇ ਇਨਾਮ ਸ਼ੁਰੂ ਹੋਣ ਲੱਗੇ ਹੈ। ਹਿੱਟ ਪਰਿਵਾਰ ਦੇ ਵਿੱਚੋਂ ਸਿੰਮੂ ਐਂਡ ਬਿੱਲਾ ਆਸਟ੍ਰੇਲੀਆ ਵਾਲਾ ਉਸਤਾਦ, ਇਹ ਆਲ ਅੰਮ੍ਰਿਤਸਰ ਦੀ ਜਿਹੜੀ ਬਾਜੀ ਉੱਡੀ ਉਹਦੇ ਵਿੱਚੋਂ ਜਿੱਤ ਰਹੇ। ਕਿੰਨੀ ਤਰੀਕ ਨੂੰ ਬਾਜੀ ਸੀ ਜਿੱਤਾ ਹੈ? 26-28 ਤੇ 30 ਤਰੀਕ ਦਾ ਮਹੀਨਾ ਪੰਜਵਾਂ ਸੀ ਮੇਰੇ ਵੀਰਿਓ। ਬਹੁਤ ਵੱਡੀ ਮਿਹਨਤ ਆ ਜੀ ਵੀਰ ਦੀ, ਸਿੰਮੂ ਵੀਰ ਦੀ ਐਂਡ ਬਿੱਲਾ ਵੀਡੀਓ ਵੀ ਲਾਈ ਆਪਾਂ ਆਪਣੇ ਚੈਨਲ ਤੇ ਵੀਰ ਦੀ, ਉਸਤਾਦ ਦਾ ਗਰੁੱਪ ਹੈ, ਬਹੁਤ ਹਿੱਟਾਂ ਵੀ ਵੱਜੀਆਂ ਨੇ ਨਾਮ ਤੇ ਇੱਥੇ ਬੋਲੋ ਜੀ, ਇੱਥੇ ਬਿੱਲਾ ਜੀ, ਸਿੰਮੂ ਜੀ, ਇੱਥੇ ਜੀ ਇੱਕ ਹਿੱਟ ਹੋਰ ਤੁਹਾਡੀ ਆਈ ਹੈ, ਬਹੁਤ ਸ਼ੀਲਡਾਂ ਤੇ ਕਬਜ਼ਾ ਕੀਤਾ ਹੋਇਆ ਵੀਰ ਜੀ ਹੁਣਾਂ ਨੇ ਸਾਡੇ ਉਸਤਾਦ ਬੋਬੀ ਸੱਭਾ ਵਾਲੇ ਦਾ ਗਰੁੱਪ, ਸ਼ੀਲਡਾਂ ਵਿਖਾਵਾਂਗੇ ਵੀ, ਘਰੇ ਜਾ ਕੇ ਵੀਡੀਓ ਵੀ ਲਾਵਾਂਗੇ ਵੀਰ ਜੀ ਹੁਣਾਂ ਦੀ ਤੇ ਬਿੱਲਾ ਆਸਟ੍ਰੇਲੀਆ ਉਸਤਾਦ ਇਹਨਾਂ ਦਾ ਮੇਰੇ ਵੀਰ ਮਾਣ ਕੀਤਾ ਗਿਆ ਤੇ ਇੱਕ ਹਿੱਟ ਪਰਵਾਜ਼ ਬੋਬੀ ਉਸਤਾਦ ਸੱਪਾ ਵਾਲੇ ਤੇ ਐਸ਼ ਉਸਤਾਦ ਦਾ ਬੇਟਾ ਮੇਰਾ ਬਹੁਤ ਪਿਆਰਾ ਸੱਜਣ ਹੈ। ਐਸ਼ ਉਸਤਾਦ ਕਹਿੰਦਾ ਸੀ ਕਿ ਸਾਡੇ ਸ਼੍ਰੀ ਅਸ਼ਵਨੀ ਕੁਮਾਰ ਪੱਪੂ ਜੀ ਵਿਸ਼ੇਸ਼ ਤੌਰ ਤੇ ਆ ਰਹੇ ਹੈ, ਅੱਜ ਉਹਨਾਂ ਨੇ ਇਨਾਮ ਵੰਡਣੇ ਆ, ਸਨਮਾਨ ਹੈ। ਹੋਏ ਹੋਏ ਹੋਏ, ਆਹ ਤਾਂ ਬਾਜੀ ਇੱਧਰ ਹੀ ਚੱਲ ਗਈ ਹੈ ਸਾਰੀ। ਫਿਰ ਭਰਾਵਾਂ ਨੇ ਦੱਸਿਆ ਕਿ ਉਸਤਾਦ ਬੋਬੀ ਸੱਪਾ ਵਾਲਿਆਂ ਨੇ ਤੀਸਰਾ ਇਨਾਮ ਜਿੱਤਿਆ, ਤਾੜੀਆਂ ਜ਼ੋਰਦਾਰ। ਸ਼ੌਂਕ ਵੱਖਰਾ ਹੈ ਤੇ ਹੁਣ ਸਿੰਮੂ ਬਿੱਲਾ ਫੇਰ ਆ ਜਾਂਦੇ ਆ। ਇਹ ਤੀਸਰਾ ਇਨਾਮ ਤੇ ਸੀ ਬੋਬੀ ਹੁਣਾਂ ਦਾ ਤੇ ਦੂਸਰਾ ਇਨਾਮ ਹੈ
ਹੁਣ ਜਿਹੜਾ ਆਲ ਅੰਮ੍ਰਿਤਸਰ ਸਾਹਿਬ ਦੇ ਵਿੱਚੋਂ ਚੈਂਪੀਅਨ ਰਿਹਾ, ਫਸਟ ਪ੍ਰਾਈਜ਼ ਦਾ ਜੇਤੂ ਰਿਹਾ ਸਾਹਿਬ ਬਹਾਦਰ ਡੀ ਐਸ ਪੀ ਸਾਹਿਬ ਸਰਦਾਰ ਕਰਵਿੰਦਰ ਸਿੰਘ ਜੀ ਔਲਖ ਸ਼ੀਨਾ ਗਰੁੱਪ। ਵਾਹ ਵਾਹ ਵਾਹ, ਨਜ਼ਾਰ ਕਹਿੰਦਾ ਚਰਖਾ ਰੰਗੀ ਨੋਟਾਂ ਦੀ ਵਰਖਾ, ਸ਼ੀਨਾ 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 ਕਰਾਉਂਦੀ ਸਾਡੇ ਡੀ ਐਸ ਪੀ ਸਾਹਿਬ ਹੁਣਾਂ ਨੇ, ਉਹ ਕਹਿੰਦੇ ਮੈਨੂੰ ਮਾਣ ਆਪਣੇ ਵੀਰਾਂ ਉੱਤੇ। ਹੈਲੋ ਜੀ, ਠੀਕ ਹੈ ਜੀ, ਸਾਡੀ ਹੈਲੋ ਇਹ ਆਪਣਾ ਸ਼ੀਨਾ ਗਰੁੱਪ, ਠੀਕ ਹੈ ਜੀ, ਮੁਲਾਇਮ ਸਾਹਿਬ ਨੋਟਾਂ ਦੀ ਬਾਰਿਸ਼ ਕਰਦੇ ਹੋਏ। ਨਹੀਂ ਮਿੱਤਰੋ, ਜਾਂਦੇ ਜਾਂਦੇ ਆ ਰਹੀ ਇੱਕ ਵਾਰੀ ਚਿਤਾਰਾ ਲਾ ਦੀਏ। ਇੱਕ ਨਾ ਗੱਡੀ ਆ ਜੀ 60-58 ਭਾਜੀ, ਉਹ ਬਾਹਰ ਲੱਗੀ ਆ ਤੇ ਰਸਤੇ 'ਚ ਹੈ, ਇੱਕ ਸਾਈਡ 'ਤੇ ਕਰ ਲਓ। ਹਾਂ 60-58 ਗੱਡੀ ਰਸਤੇ 'ਚ ਲੱਗੀ ਹੈ, ਇੱਕ ਸਾਈਡ 'ਤੇ ਕਰ ਲਓ। ਅਸ਼ਵਨੀ ਕੁਮਾਰ ਪੱਪੂ ਜੀ ਉਹਨਾਂ ਨੇ ਜਾਣਾ ਸੀ, ਉਹ ਰਸਤੇ ਵਿੱਚ ਗੱਡੀ ਲੱਗੀ ਹੈ 60-58 ਨੰਬਰ, 60-58 ਨੰਬਰ ਗੱਡੀ ਸਾਈਡ 'ਤੇ ਕਰ ਲਓ ਜੀ। ਭਾਜੀ ਵਾਰੋ ਵਾਰੀ ਆਉਣ ਜਿਹਨਾਂ ਨੇ ਪਾਰਟੀਸਪੇਟ ਕੀਤਾ ਸੀ ਉਹ ਆਪਣਾ ਇਨਾਮ ਲੈਣ, ਅਤੇ ਐਸ਼ ਆਪਣੇ ਪਿਤਾ ਜੀ ਗੋਬੀ ਉਹਨਾਂ ਨੂੰ ਬਣਾਓ, ਡੀ ਐਸ ਪੀ ਗੁਰਵਿੰਦਰ ਜੀ ਯਾਦ ਕਰ ਰਹੇ ਹੈ। ਸਰਦਾਰ ਕੁਲਤਾਰ ਸਿੰਘ ਜੀ ਬਾਜਵਾ ਸਾਹਿਬ ਬਾਜਵਾ ਗਰੁੱਪ ਵਾਲੇ, ਇਹਨਾਂ ਨੇ ਬਹੁਤ ਵਧੀਆ ਸੇਵਾਵਾਂ ਨਿਭਾਈਆਂ ਉਹਨਾਂ ਦੇ ਨਾਲ, ਜਿੰਨੇ ਵੀ ਸੱਜਣ ਹੈ ਸੋਨੂ ਭਲਵਾਨ ਜੀ, ਗੋਬੀ ਉਸਤਾਦ ਸੂਰ ਮੰਡੀ, ਬਾਬਾ ਸ਼ਾਨੂ ਉਸਤਾਦ ਜੀ, ਉਸਤਾਦ ਕਾਜੂ ਉਸਤਾਦ ਕੁਲਫੀਆਂ ਵਾਲੇ, ਗੋਬੀ ਉਸਤਾਦ ਨਵਾਂ ਮਾਦੀ, ਜਨਕਾ ਉਸਤਾਦ, ਹੋਰ ਵੀ ਜਿੰਨੇ ਭਰਾ ਨੇ, ਰਿੰਕੂ ਢੋਲੀ ਉਸਤਾਦ, ਰਿੰਕੂ ਢੋਲੀ ਗਰੁੱਪ ਦਾ ਧੰਨਵਾਦ ਹੈ। ਰਿੰਕੂ ਢੋਲੀ ਗਰੁੱਪ ਨਾ ਕੀ ਕਹਿੰਦਾ ਹੈ, ਆਉਂਦੇ ਸਾਲ ਵੀ ਇਸੇ ਤਰ੍ਹਾਂ ਸੀ, ਪਹਿਲਾ ਪਹਿਲਾ ਕਰਾਉਣੀ ਹੈ, ਧੰਨ ਧੰਨ ਕਰਵਾਉਣੀ ਹੈ। ਆਪੋ ਆਪਣੇ ਹੁਣ ਭਾਜੀ ਨਾਮ ਲਈ ਜੋ ਜਿਹਨਾਂ ਨੇ ਪਾਰਟੀਸਪੇਟ ਕੀਤਾ ਸੀ। ਉਸਤਾਦ ਬੱਬੂ ਚੇਅਰਮੈਨ ਜੀ, ਤੁਸੀਂ ਦੱਸੀ ਜਾਓ ਕਿਹਨਾਂ ਕਿਹਨਾਂ ਦਾ ਮਾਣ ਹੋ ਰਿਹਾ, ਕੋਈ ਖਾਸ ਬੰਦਾ ਆ ਰਿਹਾ, ਉਹਨਾਂ ਸਾਰੇ ਤੁਸੀਂ ਖਾਸ ਹੋ, ਕੁਝ ਸੱਜਣ ਆਉਂਦੇ ਆ ਤੇ ਆਪਣਾ ਮਾਣ ਸਨਮਾਨ ਲਈ ਜਾਓ।
ਜਿਹਨਾਂ ਨੇ ਪਾਰਟੀਸਪੇਟ ਕੀਤਾ ਇਸ ਬਾਜ਼ੀ ਦੇ ਵਿੱਚ ਆਪਣਾ ਨਾਮ ਲੈਣ ਦੀ। ਭਾਈ ਵਾਹ, ਡੀ ਐਸ ਪੀ ਸਾਹਿਬ ਕਹਿੰਦਾ ਕਿ ਇਹ ਉਸਤਾਦ ਬੱਬੂ ਗਵਾਲ ਮੰਡੀ ਚੇਅਰਮੈਨ ਆ ਸਾਡਾ, ਇਹ ਆ ਬੱਬੂ ਉਸਤਾਦ ਮਾਣ ਸਾਨੂੰ ਮਿਲ ਗਈ। ਰਿੱਕੂ ਜੀ ਆਓ, ਜੀ ਸ਼ੀਨਾ ਗਰੁੱਪ ਤੇ ਆ ਹੈ ਸਾਡਾ ਅਵਤਾਰ ਵੀਰ, ਇਹਦੇ ਉੱਤੇ ਮਾਣ ਫਖਰ ਹੈ ਸਾਡੇ ਵੀਰਾਂ ਨੂੰ, ਅਵਤਾਰ ਦਾ ਮਾਣ ਕੀਤਾ ਗਿਆ ਹੈ। ਰਿੰਕੂ ਢੋਲੀ ਆ ਗਿਆ, ਰਿੰਕੂ ਢੋਲੀ ਆ ਗਿਆ ਤੇ ਛਾ ਗਿਆ, ਰਿੰਕੂ ਢੋਲੀ ਸਰਾਦਰ ਆ ਗਿਆ, ਰਿੰਕੂ ਢੋਲੀ ਗਰੁੱਪ, ਉਸਤਾਦ ਰਿੰਕੂ ਢੋਲੀ ਗਰੁੱਪ ਦਾ ਧੰਨਵਾਦ। ਗੋਲਡੀ ਜੱਟ ਵੀਰ ਸੀਨਾ ਗਰੁੱਪ, ਇਹ ਗੋਲਡੀ ਜੱਟ ਆ, ਇਹ ਸਾਡਾ ਗੋਲਡੀ ਜੱਟ ਮਾਣਾ ਗਰੁੱਪ ਦੇ ਦਿਲਾਂ ਫੱਟੇ ਚੰਨ, ਗੋਲਡੀ ਜੱਟ, ਗੋਲਡੀ ਜੱਟ। ਚੇਅਰਮੈਨ ਸਾਹਿਬ ਜੀ ਇੱਧਰ ਵੇਖੋ ਮੜਾ, ਲਓ ਜੀ ਅੱਜ ਵੀ ਖੁਸ਼ੀ ਦੀ ਉਸਤਾਦ ਜੀ ਖੁਸ਼ੀ ਦੀ। ਹਾਂ ਮੁਬਾਰਕ ਹੈ, ਮੈਂ ਮਿਹਨਤ ਕੀਤੀ, ਮੇਰੇ ਗਰੁੱਪ ਨੇ ਮਿਹਨਤ ਕੀਤੀ, ਸਾਰਾ ਧੰਨਵਾਦ ਜੀ। ਪੰਡਿਤ ਜੀ ਆਏ ਹੋਏ ਆ, ਉਸਤਾਦ ਪੰਡਿਤ ਜੀ ਰਾਮ ਰਾਮ ਕਹਿੰਦੇ ਹੈ, ਇਹ ਪੰਡਿਤ ਜੀ ਜਿਹਨਾਂ ਨੇ ਹਿੱਸਾ ਲਿਆ ਸੀ, ਬਹੁਤ ਵੱਡਾ ਮਾਣ ਸਤਿਕਾਰ ਕੀਤਾ ਜੀ। ਗੋਰਾ ਪਟਵਾਰੀ ਜੀ ਇਹ ਆਪਣਾ ਇਨਾਮ ਪ੍ਰਾਪਤ ਕਰ ਰਹੇ ਆ, ਸੁੰਦਰ ਕੱਪ ਗੋਰਾ ਪਟਵਾਰੀ। ਜੀ ਮਿੱਠੂ ਉਸਤਾਦ ਜੀ ਉਹ ਆਏ ਆ ਵੀਰ ਸਾਡੇ, ਮਿੱਠੂ ਉਸਤਾਦ ਜੀ ਆਪਣਾ ਸਨਮਾਨ ਪ੍ਰਾਪਤ ਕਰ ਰਹੇ ਆ ਵੀਰ। ਭਾਜੀ ਜਿਹਨਾਂ ਨੇ ਇਨਾਮ ਮਿਲਿਆ ਲੈ ਵੀ ਐਸ ਸਾਡੇ ਗੋਬੀ ਉਸਤਾਦ, ਜਿਹਨਾਂ ਨੇ ਸਭ ਤੋਂ ਵੱਧ ਬਾਜ਼ੀਆਂ ਜਿੱਤੀਆਂ, ਗੋਬੀ ਉਸਤਾਦ ਸੂਰ ਮੰਡੀ ਵਾਲੇ ਦੋ ਉਸਤਾਦ ਨੇ, ਇੱਕ ਗੋਬੀ ਸੱਪਾਂ ਵਾਲੇ ਹੈ, ਇਹ ਸਾਡੇ ਉਸਤਾਦ ਗੋਬੀ ਸੂਰ ਮੰਡੀ ਵਾਲੇ ਜਿਹਨਾਂ ਨੇ ਸਭ ਤੋਂ ਵੱਧ ਬਾਜ਼ੀਆਂ ਜਿੱਤੀਆਂ, ਉਹ ਆ ਕੇ ਆਪਣਾ ਇਨਾਮ ਪ੍ਰਾਪਤ ਕਰਨ। ਆਰ ਐਸ ਟਾਵਰ ਗਰੁੱਪ, ਇਹ ਸਾਡੇ ਗੋਬੀ ਸੂਰ ਮੰਡੀ ਵਾਲੇ ਉਸਤਾਦ ਜੀ ਨੂੰ ਇਹ ਮਾਣ ਸਤਿਕਾਰ ਦੇ ਰਹੇ ਹੈ, ਕਿਉਂਕਿ ਇਹਨਾਂ ਨੇ ਸਭ ਤੋਂ ਵੱਧ ਬਾਜ਼ੀਆਂ ਜਿੱਤੀਆਂ ਹੈ। ਕੀ ਹਾਲ ਹੈ ਗੋਬੀ ਜੀ, ਇਹ ਗੋਬੀ ਗੋਬੀ ਸੂਰ ਮੰਡੀ ਵਿਸ਼ੇਸ਼ ਮਾਨ ਸਨਮਾਨ ਕੀਤਾ ਜਾ ਰਿਹਾ ਹੈ, ਹਰ ਸਾਲ ਦਿੰਦੇ ਹਰ ਸਾਲ 26 ਬਾਜ਼ੀਆਂ ਲਾਈਆਂ ਤੇ 20 ਤੋਂ ਜਿੱਤਿਆ ਹੋਇਆ ਇਹ ਦੱਸ ਰਹੀ ਹੈ। ਆਰ ਐਸ ਟਾਵਰ ਗਰੁੱਪ ਵੱਲੋਂ ਉਹਨਾਂ ਦੀ ਆਲ ਟੀਮ ਹੈ ਜੀ, ਆਰ ਐਸ ਟਾਵਰ ਗਰੁੱਪ ਕਰਨਾ ਜੀ।
ਮੇਰੇ ਭਰਾ ਨਾਲ ਕੋਈ ਇੱਦਾਂ ਨਾ ਜਾਵੇ, ਜੇ ਕੋਈ ਪਾਰਟੀਸਪੇਟ ਵਾਲਾ ਰਹਿ ਗਿਆ ਤੇ ਨਾਮ ਲੈ ਕੇ ਜਾਵੇ, ਜਿਹਨਾਂ ਨੇ ਨਾਮ ਲਿਆ ਜਾ ਕੇ ਖਾਣਾ ਛੱਕ ਕੇ ਜਾਵੇ। ਭੋਜਨ ਚੱਲ ਰਿਹਾ, ਲੰਗਰ ਚੱਲ ਰਿਹਾ, ਖਾਣਾ ਚੱਲ ਰਿਹਾ, ਭਾਅ ਜੀ ਜਾਂਦੇ ਆ ਤਾਂ ਛੱਕ ਕੇ ਜ਼ਰੂਰ ਜਾਇਓ ਜੀ, ਵੀਰਾਂ ਨੂੰ ਬੇਨਤੀ ਹੈ। ਬਾਬਾ ਉਸਤਾਦ ਜੀ ਆਉਣ ਅਤੇ ਸਾਡੇ ਕੁਲਤਾਰ ਸਿੰਘ ਜੀ ਬਾਜਵਾ, ਉਹਨਾਂ ਨੇ ਵੀ ਸਨਮਾਨ ਪ੍ਰਾਪਤ ਕਰ ਲਿਆ ਹੈ ਬਾਜਵਾ ਗਰੁੱਪ। ਬਾਬਾ ਸਾਹਿਬ ਵੀ ਆਪਣਾ ਮਾਣ ਸਤਿਕਾਰ ਲੈ ਰਹੇ ਹੈ। ਜੀ ਢੋਲੀ ਤਾਂ ਲੰਗਰ ਦਿਵਾਲੇ ਹੋ ਗਏ, ਹੁਣ ਢੋਲੀ ਗਰੁੱਪ ਦਾ ਸਨਮਾਨ ਕਰਨਾ ਕਹਿੰਦੇ ਰਿੰਕੂ, ਸਾਰੇ ਢੋਲੀਆਂ ਦਾ ਮਾਣ। ਉਹ ਢੋਲੀ ਕਹਿੰਦੇ ਮੇਰੇ ਵੀਰੋ ਰੱਖ ਕੇ ਥਾਲੀਆਂ ਪਲੇਟਾਂ ਭੱਜੇ ਆਉਂਦੇ ਹੈ, ਕਿਆ ਬਾਤ ਹੈ। ਮਾਣ ਸਨਮਾਨ ਐਸੇ ਨਹੀਂ ਮਿਲਦੇ, ਵੱਡੀਆਂ ਗੱਲਾਂ ਨੇ। ਇਹ ਕਿਹਨਾਂ ਦਾ ਮਾਣ ਹੋ ਰਿਹਾ ਜੀ ਦੱਸਿਓ। ਸਾਡੇ ਕੌਂਸਲਰ ਸਾਹਿਬ ਬੋਬੀ ਜੀ, ਤਿੰਨ ਬੋਬੀ ਹੋ ਗਏ ਹੈ, ਇੱਕ ਸੂਰਮੱਦੀ ਵਾਲੇ, ਇੱਕ ਬੋਬੀ ਸੱਪਾਂ ਵਾਲੇ ਅਤੇ ਇਹ ਕੌਂਸਲ ਸਾਹਿਬ ਬੋਬੀ ਹੋਰ ਵੀ ਬਣੇ। ਢੋਲੀ ਸਾਰੇ ਆਉਣ, ਰਿੰਕੂ ਢੋਲੀ ਉਸਤਾਦ ਦਾ ਗਰੁੱਪ, ਰਿੰਕੂ ਉਸਤਾਦ ਢੋਲੀ ਦਾ ਗਰੁੱਪ ਆਉਣ। ਰਿੰਕੂ ਜੀ ਆਓ, ਆਓ ਰਿੰਕੂ ਜੀ, ਕੱਲੇ ਕੱਲੇ ਲੈ ਕੇ ਆਓ। ਠੀਕ ਹੈ ਉਸਤਾਦ ਜੀ ਹੋਣੀ, ਠੀਕ ਹੈ ਜੀ, ਬੋਵੀ ਉਸਤਾਦ ਜੀ ਸੂਰਮੰਡੀ ਤੋਂ ਅਤੇ ਬੋਵੀ ਉਸਤਾਦ ਕੁੰਦਲਾ ਸਾਹਿਬ, ਠੀਕ ਹੈ, ਨਵੀਂ ਵਾਦੀ ਤੋਂ ਜੀ। ਬਿਲਕੁਲ ਜੀ ਬਿਲਕੁਲ, ਅੱਗੇ ਵੀਡੀਓ 'ਚ ਬਹੁਤ ਦੱਸਿਆ ਹੋਇਆ ਵਾ। ਠੀਕ ਹੈ ਜੀ, ਠੀਕ ਹੈ ਉਸਤਾਦ ਜੀ, ਠੀਕ ਆ ਰਹੇ, ਬਿਲਕੁਲ ਜੀ ਬਿਲਕੁਲ ਉਸਤਾਦ ਜੀ। ਸਾਰਾ ਗਰੁੱਪ ਰਿੰਕੂ ਉਸਤਾਦ ਢੋਲੀ ਗਰੁੱਪ, ਸਾਰੇ ਗਰੁੱਪ ਦਾ ਮੈਂ ਸੋਚਿਆ ਕਿ ਸੇਵਾ ਪਰ ਇਹਨਾਂ ਨੇ ਖੁਸ਼ ਹੋ ਕੇ ਕਹਿੰਦੀ ਇਹਨਾਂ ਦੀ ਸੇਵਾ ਕੀਤੀ ਹੈ। ਢੋਲੀਆਂ ਨੇ ਵੱਖਰਾ ਰੰਗ ਭਰੇ, ਉਹਨਾਂ ਨੂੰ ਸਾਰੇ ਗਰੁੱਪ ਨੂੰ ਇੱਕ ਸੁੰਦਰ ਮੋਮੈਂਟੋ ਦੇ ਨਾਲ ਅਤੇ ਨਗਦ ਰਾਸ਼ੀ ਦੇ ਨਾਲ ਸਨਮਾਨਿਤ ਕਰ ਰਹੇ ਹੈ ਸਾਡੇ DSP ਸਾਹਿਬ ਸਰਦਾਰ ਗੁਰਵਿੰਦਰ ਸਿੰਘ ਜੀ ਔਲਖ ਸਾਹਿਬ, ਅਤੇ ਨਾਲ ਸਾਡੇ ਮਨਜੀਤ ਸਿੰਘ ਜੀ ਔਜਲਾ US ਵਾਲੇ ਉਸਤਾਦ ਜੀ ਦਾ ਧੰਨਵਾਦ ਹੈ, ਉਹ ਵੀ ਸਭ ਵਾਲਿਆਂ ਦਾ, ਉਹਦਾ ਬੇਟਾ ਐਸ਼। ਮੈਂ ਧੰਨਵਾਦੀ ਹਾਂ, ਸਾਡੇ ਵੀਰਾਂ ਨੇ ਬੁਲਾਇਆ ਅਤੇ ਮੈਂ ਇੰਨੇ ਵੱਡੇ ਵੀਰਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਵੱਡਾ ਮਾਣ ਕੀਤਾ ਦਾਸ ਸ਼ਿਵ ਜੋਤੇ ਕਬੱਡੀ ਟੂਰਨਾਮੈਂਟਾਂ ਦੇ ਟੋਲੀ ਦਾ, ਪਰ ਅੱਜ ਇਹਨਾਂ ਭਰਾਵਾਂ ਨੇ ਸੱਦਿਆ ਕਿ ਮੈਂ ਸੱਦੀ ਹੋਈ ਮਿੱਤਰਾਂ ਦੀ ਪੈਰ ਦਿੱਤੀ। ਲਓ ਜੀ ਐਂਕਰ ਵੀਰ ਦਾ ਸਨਮਾਨ ਹੁੰਦਾ ਪਿਆ ਜੇ, ਬਹੁਤ ਵਧੀਆ ਐਂਕਰ ਵੀਰ ਜੀ, ਠੀਕ ਹੈ ਜੀ, ਅਤੇ ਬਹੁਤ ਵਧੀਆ ਬੋਲਿਆ ਵੀਰ, ਠੀਕ ਹੈ ਜੀ, ਠੀਕ ਹੈ ਜੀ। ਹੈਲੋ ਜੀ, ਬਿਲੇ ਵੀਰ ਜੀ ਹੋਣੀ ਮੋਹਣੀ ਪਾਰਕ ਤੋਂ, ਲੱਕੀ ਉਸਤਾਦ ਜੀ ਹੋਣੀ ਗੁਰੂ ਨਾਨਕਪੁਰੇ ਤੋਂ, ਠੀਕ ਹੈ ਜੀ, ਅਜੇ ਵੀਰ ਦੁਬਈ ਵਾਲਾ ਲੱਕੀ ਉਸਤਾਦ ਜੀ ਹੋਣਾਂ ਦੀ ਪਾਰਟੀ, ਠੀਕ ਹੈ ਜੀ, ਸਨਮਾਨ ਲੈਂਦੀ ਹੋਈ। ਆਓ ਜੀ ਚੇਅਰਮੈਨ ਆਉਣਗੇ ਦੋਵੇਂ, ਦੋਨਾਂ ਚੇਅਰਮੈਨਾਂ ਦਾ ਧੰਨਵਾਦ ਹੈ ਸਾਡੇ ਬੱਬੂ ਜੀ।
ਜੀ ਤੇ ਮੋਗੀ ਜੀ ਚੇਅਰਮੈਨ, ਇਹਨਾਂ ਦੋਨਾਂ ਚੇਅਰਮੈਨਾਂ ਦਾ ਵਿਸ਼ੇਸ਼ ਮਾਣ ਸਨਮਾਨ ਕਰ ਰਹੇ ਹਾਂ ਤੇ ਮਾਣ ਮਹਿਸੂਸ ਕਰ ਰਹੇ ਹਾਂ। ਸਾਡੇ ਵੀਰ ਚੇਅਰਮੈਨਾਂ ਦਾ ਵਿਸ਼ੇਸ਼ ਮਾਣ ਸਤਿਕਾਰ ਕੀਤਾ ਜਾ ਰਿਹਾ ਹੈ। ਇਹ ਵੀ ਸਾਡੇ ਇਸ ਕਲੱਬ ਦੇ ਮੇਰੇ ਵੀਰੋ ਰੀੜ ਦੀ ਹੱਡੀ ਨੇ, ਇਹ ਵੀ ਸਾਡੇ ਮੇਰੇ ਵੀਰੋ ਬਹੁਤ ਵੱਡੇ ਮਿਹਨਤੀ ਵਰਕਰ ਨੇ ਇਸ ਕਲੱਬ ਦੇ ਵਿੱਚ। ਬੱਬੂ ਜੀ ਕਿੱਥੇ ਹੈ? ਇੱਕ ਕਹਿੰਦੇ ਮਾਨਾ ਦਾ ਮੁੰਡਾ ਬੱਬੂ ਮਾਨ ਖੰਡ ਵਾਲਾ, ਤੇ ਇੱਕ ਇਹ ਹੈ ਚੇਅਰਮੈਨ ਬੱਬੂ ਉਸਤਾਦ। ਬੱਬੂ ਜੀ ਧੰਨਵਾਦ, ਤੁਹਾਡੇ ਉੱਤੇ ਮਾਣ ਹੈ ਸਾਨੂੰ ਜੀ। ਸਾਡੇ ਸਰਦਾਰ ਕੁਲਤਾਰ ਸਿੰਘ ਜੀ ਬਾਜਵਾ ਜੀ, ਮੈਂ ਧੰਨਵਾਦੀ ਹਾਂ। ਸਾਡੇ ਉਸਤਾਦ ਬੋਬੀ ਸੱਪਾ ਵਾਲੇ, ਉਹਨਾਂ ਦਾ ਬੇਟਾ ਐਸ਼ ਸੱਪਾ ਵਾਲੇ, ਜਿਹਨਾਂ ਨੇ ਬੜਾ ਮਾਣ ਬਖਸ਼ਿਆ ਹੈ ਅਤੇ ਮੈਂ ਬਹੁਤ ਬਹੁਤ ਰਿਣੀ ਹੈ, ਇਹਨਾਂ ਨੇ ਬਹੁਤ ਇੱਜ਼ਤ ਮਾਣ ਬਖਸ਼ਿਆ ਹੈ। ਥੈਂਕ ਯੂ ਚੇਅਰਮੈਨਾਂ ਦਾ ਮਾਣ ਸਤਿਕਾਰ ਕੀਤਾ ਗਿਆ, ਬਹੁਤ ਬਹੁਤ ਥੈਂਕ ਯੂ, ਧੰਨਵਾਦ। ਜੀ ਸਾਡੇ ਨੌਜਵਾਨ ਵੀਰ ਮਾਣ ਕਰਦੇ ਆ, ਸਾਡੇ ਨੌਜਵਾਨ ਵੀਰ ਵੱਡੇ ਵੀਰਾਂ ਉੱਤੇ ਤੇ ਵੱਡੀਆਂ ਹਸਤੀਆਂ ਨੇ, ਦੋਵੇਂ ਚੇਅਰਮੈਨ ਗੋਕੀ ਚੇਅਰਮੈਨ ਤੇ ਬੱਬੂ ਚੇਅਰਮੈਨ, ਬੱਬੂ ਚੇਅਰਮੈਨ ਤੇ ਗੋਕੀ ਚੇਅਰਮੈਨ ਦੋਨਾਂ ਚੇਅਰਮੈਨਾਂ ਦਾ ਸੁੰਦਰ ਮੋਮੈਂਟੋ ਦੇ ਨਾਲ ਸਾਹ ਬਹਾਦਰ ਸਰਦਾਰ ਗੁਰਵਿੰਦਰ ਸਿੰਘ ਜੀ ਔਲਖ, ਸਰਦਾਰ ਮਨਜੀਤ ਸਿੰਘ ਜੀ ਬੋਬੀ ਸੱਪਾ ਵਾਲੇ ਤੇ ਉਹਨਾਂ ਦਾ ਸਾਰਾ ਗਰੁੱਪ ਚੇਅਰਮੈਨਾਂ ਦਾ ਮਾਣ ਸਤਿਕਾਰ ਕਰ ਰਹੇ ਹੈ। ਚੇਅਰਮੈਨਾਂ ਦਾ ਵੱਡਾ ਮਾਣ ਕੀਤਾ ਗਿਆ, ਥੈਂਕ ਯੂ। ਸ਼੍ਰੀ ਅਸ਼ਵਨੀ ਕੁਮਾਰ ਪੱਪੂ ਜੀ, ਜਦੋਂ ਇਨਾਮ ਵੰਡ ਰਹੇ ਸਨ ਤਾਂ ਉਹਨਾਂ ਨੇ ਇਨਾਮ ਵੰਡੇ ਤੇ ਜਦੋਂ ਭੰਗੜਾ ਪੈਣ ਲੱਗ ਗਿਆ, ਢੋਲ ਲੱਗ ਪਏ, ਤਾਂ ਵਿੱਚੋਂ ਜੇ ਸਾਡੇ ਅਸ਼ਵਨੀ ਕੁਮਾਰ ਪੱਪੂ ਜੀ ਚਲ ਗਏ ਸਨ, ਉਹਨਾਂ ਦਾ ਮਾਣ ਸਤਿਕਾਰ ਸਾਡੇ ਸਾਰੇ ਗਰੁੱਪ ਵੱਲੋਂ। ਸ਼੍ਰੀ ਅਸ਼ਵਨੀ ਕੁਮਾਰ ਪੱਪੂ ਜੀ ਦਾ ਮਾਣ ਸਤਿਕਾਰ ਡੀ ਐਸ ਪੀ ਸਾਹਿਬ ਕਹਿੰਦੇ ਇਸ ਸੱਜਣ ਨੂੰ ਆਪਾਂ ਦੇਵਾਂਗੇ। ਇਹ ਸੱਜਣ ਸਾਡੇ ਪੱਪੂ ਜੀ ਜੋ ਵਿਸ਼ੇਸ਼ ਤੌਰ 'ਤੇ ਪ੍ਰਧਾਨ ਕਾਂਗਰਸ ਪਾਰਟੀ ਵਾਲੇ ਵਿਸ਼ੇਸ਼ ਤੌਰ 'ਤੇ ਆਏ ਸਨ, ਉਹਨਾਂ ਦੇ ਘਰ ਤੱਕ ਇਹ ਮੋਮੈਂਟੋ ਪਹੁੰਚਾਇਆ ਜਾਵੇਗਾ। ਬਹੁਤ ਬਹੁਤ ਧੰਨਵਾਦ। ਵੱਡੀਆਂ ਗੱਲਾਂ ਨੇ, ਵੱਡੇ ਆਫਿਸਰਾਂ ਦੇ ਵੱਡੇ ਯਾਰ ਮਿੱਤਰ ਆਏ ਸਨ, ਧੰਨਵਾਦ। ਪ੍ਰਮੋਦ ਵੀਰ ਜੀ ਨੂੰ ਇਹਨਾਂ ਦਾ ਵਿਸ਼ੇਸ਼ ਸਨਮਾਨ, ਪ੍ਰਮੋਦ ਵੀਰ ਖਲੀਫਾ ਉਸਤਾਦ ਜੀ ਗੋਬੀ ਸੱਪਾ ਵਾਲੇ, ਠੀਕ ਹੈ ਜੀ, ਉਹਨਾਂ ਦਾ ਖਲੀਫਾ ਜੇ ਵੀਰ, ਠੀਕ ਹੈ ਜੀ, ਅਤੇ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਉਸਤਾਦ ਜੀ ਹੋਣੀ। ਪਿਛਲੇ ਦਿਨ ਕੋਈ ਨਿੱਕੀ ਮੋਟੀ ਗੱਲ ਕਰਕੇ ਬਲਵਿੰਦਰ ਵੀਰ ਸਾਡਾ ਥੋੜ੍ਹਾ ਜਿਹਾ ਸਾਈਡ 'ਤੇ ਹੋਇਆ ਸੀਗਾ ਅੰਮ੍ਰਿਤਸਰ ਪੀਜਨ ਐਸੋਸੀਏਸ਼ਨ ਤੋਂ। ਬਲਵਿੰਦਰ ਵੀਰ ਨੂੰ ਬਹਿ ਕੇ ਇਹਦੀ ਹਰ ਤਰ੍ਹਾਂ ਨਾਲ ਇਹਦੇ ਮਨ ਦੀ ਤਸੱਲੀ ਕਰਵਾਤੀ, ਔਰ ਇਹਨੂੰ ਜਦੋਂ ਸਾਰੀ ਗੱਲ ਕਲੀਅਰ ਹੋਈ ਆ ਅਤੇ ਬਲਵਿੰਦਰ ਵੀਰ ਜਿਹੜਾ ਵਾ ਇਹ ਆਪਣੇ ਘਰ ਵਾਪਸੀ ਕਰ ਚੁੱਕਾ ਵਾ। ਸਾਡਾ ਛੋਟਾ ਵੀਰ ਆ, ਇਹ ਹਮੇਸ਼ਾ ਅੰਮ੍ਰਿਤਸਰ ਪੀਜਨ ਐਸੋਸੀਏਸ਼ਨ ਦੇ ਝੰਡੇ ਥੱਲੇ ਹੀ ਉੱਡਦਾ ਰਹੇਗਾ, ਔਰ ਆਉਣ ਵਾਲਾ 80 ਟੂਰਨਾਮੈਂਟ ਦੇ ਵਿੱਚ ਬਲਵਿੰਦਰ ਵੀਰ ਦੇ ਨਾਲ ਇਹਦੇ ਗਰੁੱਪ ਦੇ ਹੋਰ ਵੀ ਆਪਣੇ ਕੋਲ ਐਂਟਰੀਆਂ ਆਈਆਂ। ਲੱਕੀ ਵੀਰ ਆ ਇੱਕ ਸਾਡੇ ਸਰਦਾਰ ਕੁਲਤਾਰ ਸਿੰਘ ਬਾਜਵਾ ਉਸਤਾਦ ਜੀ ਨੇ, ਗੈਸ ਏਜੰਸੀ ਵਾਲੇ, ਬਾਜਵਾ ਗੈਸ ਏਜੰਸੀ ਵਾਲੇ, ਉਹਨਾਂ ਦੇ ਸ਼ਾਗਿਰਦ ਨੇ।
ਅਤੇ ਉਹ ਸ਼ੁਰੂ ਤੋਂ ਹੀ ਉਹਨਾਂ ਦਾ ਜਿਹੜਾ ਸਾਨੂੰ ਬੜਾ ਤਕੜਾ ਸਹਿਯੋਗ ਰਿਹਾ ਸਾਡੀ ਸਾਰੀ ਟੀਮ ਨੂੰ। ਅਤੇ ਇਹ ਵੀਰ ਆਉਣ ਵਾਲੇ ਅੱਸੂ ਦੇ ਟੂਰਨਾਮੈਂਟ ਵਿੱਚ ਦੋਵੇਂ ਛੱਤਾਂ ਜਿਹੜੀਆਂ ਪਾਰਟੀਸਪੇਟ ਕਰ ਰਹੀਆਂ ਅਤੇ ਆਉਣ ਵਾਲੇ ਜੇਠ 2025 ਦੇ ਵਿੱਚ ਵੀ ਜਿਹੜੇ ਵੀ ਟੂਰਨਾਮੈਂਟ ਵਿਸਾਖ ਜੇਠ ਦੇ ਚੇਤਰ ਦੇ ਜਿਹੜੇ ਵੀ ਅੜਾਏ ਹੋਣਗੇ ਇਹ ਅੰਮ੍ਰਿਤਸਰ ਪੀਜਨ ਐਸੋਸੀਏਸ਼ਨ ਦੇ ਨਾਲ ਹੀ ਉੱਡਣਗਾ। ਬਲਵਿੰਦਰ ਵੀਰ ਸਾਡਾ ਛੋਟਾ ਵੀਰ ਹੈ ਅਤੇ ਹਮੇਸ਼ਾ ਸਾਡੇ ਨਾਲ ਆ। ਧੰਨਵਾਦ। ਇਹ ਸਾਡਾ ਵੀਰ ਸ਼ਿਵ ਯੋਧੇ ਕਬੱਡੀ ਦਾ ਮਸ਼ਹੂਰ ਕਮੈਂਟਰ ਆ ਜੀ। ਅਤੇ ਸ਼ਿਵ ਯੋਧੇ ਵੀਰ ਨੂੰ ਮੇਰੀ ਇੱਕ ਬੇਨਤੀ ਆ ਕਿ ਹਰ ਸਾਲ ਸਾਡੇ ਇਸ ਪ੍ਰੋਗਰਾਮ 'ਤੇ ਆਪਣੀਆਂ ਸੇਵਾਵਾਂ ਸਾਨੂੰ ਜ਼ਰੂਰ ਦੇਵੇ। ਅਸੀਂ ਮਨ ਦਾ ਮਾਣ ਸਤਿਕਾਰ ਹਰ ਵਾਰੀ ਇੱਦਾਂ ਹੀ ਕਰਦੇ ਹਾਂ। ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ। ਸਾਡੇ ਵੀਰ ਇੰਨਾ ਮਾਣ ਦੇ ਰਹੇ ਹੈ ਸਭ ਤੋਂ ਵੱਡਾ ਸਤਿਗੁਰ ਜਨ ਨਾਨਕ ਜੀ ਨੂੰ ਕਰ ਰਾਖੀ ਮੇਰੀ। ਮੈਂ ਨੀਵਾਂ ਮੇਰਾ ਮੁਰਸ਼ਦ ਉੱਚਾ ਅਤੇ ਮੈਂ ਉੱਚੀਆਂ ਦੇ ਸੰਗ ਲਾਈਆਂ ਸੱਦ ਕੇ ਜਾਵਾਂ ਉਹਨਾਂ ਉੱਚੀਆਂ ਦੇ ਜਿਹਨਾਂ ਨੀਵੀਆਂ ਸੰਗ ਨਿਭਾਈਆਂ। ਬਹੁਤ ਵੱਡਾ ਮਾਣ ਦਿੱਤਾ। ਬੁਲਾਈਏ ਜੀ ਫਤਿਹ ਛੱਕ ਕੇ ਲਿਆਇਓ ਜੀ ਲੰਗਰ ਪਾਣੀ। ਬਲੋਗ ਵਾਲੇ ਆਪਣੇ ਤੋਂ ਦੱਸ ਲਿਓ, ਤੁਸੀਂ ਆਪਣੇ ਬਾਰੇ ਤੋਂ ਦੱਸ ਦਿਓ। ਆਹ ਬਲੋਗਰਾਂ ਨੇ ਅੱਜ ਕਹਿੰਦੇ ਬਲੋਗ ਬਣਾਏ ਸਾਡੇ JDS PB02 ਕਵਰ ਬਾਟ ਪੀਜਣ ਤੇ ਹੁਣ ਇਹਦੇ ਬਾਰੇ ਤੁਸੀਂ ਦੱਸ ਦਿਓ। ਕਵਰ ਬਾਟ ਪੀਜਣ ਇਹ ਕਵਰ ਇਹਨਾਂ ਨੇ ਬਲੋਗ ਬਣਾਏ ਆ, ਬਹੁਤ ਮਸ਼ਹੂਰ ਨੇ ਸਾਡੇ ਨੌਜਵਾਨ। ਗੱਲਾਂ ਵੱਡੀਆਂ ਹੁੰਦੀਆਂ ਨੇ, ਸ਼ੌਂਕੀ ਨੇ ਬਲੋਗ ਬਣਾਉਣ ਦੇ, ਸ਼ੌਂਕੀ ਨੇ ਕਬੂਤਰਬਾਜ਼ੀਆਂ ਦੇ ਵਿੱਚ ਬੱਲੇ ਬੱਲੇ ਕਰਾਉਣ ਦੇ। ਆਹ ਸਾਡੇ ਵੀਰ ਬਲੋਗਰ ਆ ਜਿਹੜੇ ਅਕਸਰ ਕਬੂਤਰਬਾਜ਼ੀਆਂ ਜਦੋਂ ਚੱਲਦੀਆਂ ਹੈ ਤਾਂ ਸਾਡੇ ਵੀਰ ਸ਼ੌਂਕ ਪਕਾਉਂਦੇ ਹੈ ਅਤੇ ਸਾਡੇ ਵੀਰ ਵੀਡੀਓ ਬਣਾਉਂਦੇ ਹੈ। ਮਾਣ ਆ ਸਾਡੇ DSP ਸਾਹਿਬ ਹੁਣਾਂ ਨੂੰ ਇਹਨਾਂ ਵੀਰਾਂ ਉੱਤੇ, ਮਾਣ ਆ ਸਾਡੇ ਬੱਬੂ ਚੇਅਰਮੈਨ ਹੁਣਾਂ ਨੂੰ, ਬੋਬੀ ਹੁਣਾਂ ਨੂੰ, ਅਤੇ ਸਰਦਾਰ ਮਨਜੀਤ ਸਿੰਘ ਜੀ ਔਜਲਾ USA ਵਾਲੇ ਉਸਤਾਦ ਹੁਣਾਂ ਨੂੰ, ਅਤੇ ਮੇਰੇ ਵੀਰੋ ਸਰਦਾਰ ਗੁਰਵਿੰਦਰ ਸਿੰਘ ਜੀ। ਮਾਣ ਮਹਿਸੂਸ ਕਰ ਰਹੇ, ਇਹਨਾਂ ਦਾ ਮਾਣ ਕਰ ਰਹੇ ਆ, ਛੋਟੇ ਭਰਾ ਨੇ ਸਾਨੂੰ ਫਕਰ ਦੋਸਤਾਂ ਦੇ। ਹੁਣ ਜਾਰੀ ਸਾਡੀ ਦੇ ਚਰਚੇ ਰਾਜੇ ਖੇਲੇ ਸਹਰਬ ਦੀ ਸੱਜੇ ਯਾਰਲੀਆਂ ਦੇ ਪਰਖੇ ਬਲੋਗਰਾਂ ਦਾ ਮਾਣ ਸਤਿਕਾਰ ਕੀਤਾ ਗਿਆ।